जिसके चरणों पर
ਜਪੀਏ ਪ੍ਰਭ ਪਿਆਰੇ ਸਹੀ ਅਕਲ
ਕੋਈ ਦਵਾਰੇ ਜਿੱਥੇ ਬੈਠਣ ਸਾਧ ਜਨ ਤੋ ਥਾਨ ਸੁਹੰਦਾ ਹਰ ਹਰ ਤੀਰਥ ਜੈ ਸਾਧ ਪਗ ਧਰੈ ਤਹਾਂ ਵੈਕੁੰਠ ਜੈ ਨਾਮ ਉਚਰੈ ਜਿੱਥੇ ਨਾਮ ਜਪੀਏ ਪ੍ਰਭ ਪਿਆਰੇ ਸਹੀ ਆਕਲ ਸੋਇਨ ਚਵਾਰੇ ਜਿੱਥੇ ਨਾਮ ਨਾ ਜਪੀਏ ਮੇਰੇ ਗੋਵਿੰਦਾ ਸੋਈ ਨਗਰ ਉਜਾੜੀ ਜੀਓ ਜਿੱਥੇ ਨਾਮ ਨਾ ਜਪੀਏ ਮੇਰੇ ਗੋਵਿੰਦਾ ਵੀਰ ਜੇਕਰ ਸਾਧਨਾ ਸੇਵੀਐ ਹਰ ਕੀ ਪੂਜਾ ਨਾ ਹੈ ਤੇ ਕਰ ਮਰਹਟ ਸਾਰੰਗੇ ਤੂਤ ਵਸੈ ਤਨਵਾਏ ਕਬੀਰ ਜੈ ਜੈ ਹਉ ਫਿਰਿਓ ਕੌਤਕ ਠਾਉ ਠਾਏ ਇਕ ਰਾਮ ਸੁਨੇਹੀ ਬਾਹਰਾ ਗੁਜਰ ਮੇਰਾ ਪਾਏ ਜਿੱਥੇ ਨਾਮ ਨਾ ਜਪੀਏ ਮੇਰੇ ਗੋਵਿੰਦਾ ਸਹੀ ਨਗਰ ਉਜਾੜੀ ਦੇਹ ਦਾ ਉਜਾੜ ਹੈ ਸਾਈ ਦੇ
ਨਾਮ ਨਾ ਜਪੀਏ ਮੇਰੇ ਗੋਵਿੰਦਾ ਸਹੀ ਨਗਰ ਉਜਾੜੀ ਜੀਓ ਹਰ ਰੁੱਖੀ ਰੋਟੀ ਖਾਏ ਸੰਭਾਲੇ ਹਰ ਅੰਤਰ ਬਾਹਰ ਨਗਰ ਨਿਹਾਲੇ ਖਾਏ ਖਾਏ ਕਰੇ ਵਧ ਫੈਲੀ ਜਾਣ ਵਿਸੂ ਕੀ ਵਾੜੀ ਜੀਓ ਹਰ ਸੰਤਾਂ ਖੇਤੀ ਰੰਗ ਨਾ ਲਾਏ ਸਖਤ ਸੰਗ ਕਰਮ ਕਮਾਏ ਦੁਰਲਭ ਦੇਖੋ ਹੀ ਗਿਆਨੀ ਜੜ ਆਪਣੀ ਆਪ ਪਾੜੀ ਜੀਓ ਤੇਰੀ ਸਰਨ ਮੇਰੇ ਦੀਨ ਦਿਆਲਾ ਸੁਖ ਸਾਗਰ ਮੇਰੇ ਗੁਰ ਗੋਪਾਲਾ ਕਰ ਕਿਰਪਾ ਨਾਨਕ ਗੁਣ ਗਾਵੇ ਰਾਖੋ ਸਰਨ ਸਾੜੀ ਜੀਓ ਵਰੀਦਾ ਗਵਨ ਕਰ ਦੁਨੀਆਂ ਦੇਖਣ ਜਾ ਕੋਈ ਮਿਲ ਜਾ ਬਖਸ਼ਿਆ ਰੱਬ ਦਾ ਤੂੰ ਵੀ ਬਖਸ਼ਿਆ ਜਾ ਮਿਲ ਜਾ Thank you.
ਸਾਥੀ ਕੱਲ ਮੈਂ ਵਿਚਾਰ ਸ਼ੁਰੂ ਕੀਤੀ ਸੀ ਸਾਹਿਬ ਭਾਈ ਦਇਆ ਸਿੰਘ ਜੀ ਮਹਾਰਾਜ ਸਤਿਗੁਰ ਸੱਚੇ ਪਾਤਸ਼ਾਹ ਦੀ ਮਿਹਰ ਦਾ ਸਦਕਾ ਸ਼ਬਦ ਸੁਰਤ ਦਾ ਮਾਰਗ ਜੋ ਗੁਰੂ ਨਾਨਕ ਸਾਹਿਬ ਸੱਚਾ ਪਾਤਸ਼ਾਹ ਸੰਸਾਰ ਵਿੱਚ ਲੈ ਕੇ ਆਏ ਜਿਸ ਦੇ ਦਾਅਵੇਦਾਰ ਹੋਰ ਲੋਕ ਅੱਜ ਜ਼ਿਆਦਾ ਹੈ ਸਾਡਾ ਦਾਅਵਾ ਕਰਦੇ ਭਾਈ ਦਇਆ ਸਿੰਘ ਸਾਹਿਬ ਨੇ ਇਸ ਮਤ ਨੂੰ ਅੱਗੇ ਚਲਾਇਆ ਅੱਗੇ ਦੀ ਕਹਾਣੀ ਕਲਗੀ ਵਾਲੇ ਗੁਰੂ ਦੇ ਦਰਬਾਰ ਵਿੱਚ ਇੱਕ ਸੋਢੀ ਸਾਹਿਬਜ਼ਾਦਾ ਖੜਾ ਪਾਤਸ਼ਾਹ ਦੇ ਚਰਨਾਂ ਵਿੱਚ ਕੇਵਲ ਇੱਕ ਪ੍ਰਾਰਥਨਾ ਕਰਨ ਲਈ ਆਇਆ ਪਾਤਸ਼ਾਹ ਮੈਂ ਕਰਤਾਰਪੁਰ ਤੋਂ ਆਇਆ ਤੇਰੇ ਚਰਨਾਂ ਵਿੱਚ ਰਹਿਣਾ ਚਾਹੁੰਦਾ ਕਿਰਪਾ ਕਰੋ ਆਪਣੇ ਹੱਥੀਂ ਅੰਮ੍ਰਿਤਪਾਨ ਕਰ ਆਪਣੇ ਮਾਲਕ ਨੇ ਮਰਾਮਤ ਕਰਕੇ ਕਿਰਪਾ ਦ੍ਰਿਸ਼ਟੀ ਕਰਕੇ ਇਸ ਵੱਲ ਦੇਖਾ ਔਰ ਕਿਹਾ ਸਿੱਖ ਇਹ ਗੱਲ ਸਮਝ ਸਾਹਿਬ ਗੁਰੂ ਨਾਨਕ ਸੱਚੇ ਪਾਤਸ਼ਾਹ ਨੇ ਪੰਚ ਨੂੰ ਸੰਸਾਰ ਵਿੱਚ ਪੈਦਾ ਕੀਤਾ ਪਸਾਰ ਕੀਤਾ ਪੰਚ ਦੀ ਬੁਨਿਆਦ ਰੱਖੀ ਬੁੱਧ ਮਤ ਨੇ ਤਿੰਨ ਮਤ ਸੰਸਾਰ ਨੂੰ ਦਿੱਤੇ ਸਨ ਤਿੰਨ ਚੀਜ਼ਾਂ ਦਿੱਤੀਆਂ ਸੰਗਮ ਸ਼ਰਨਮ ਗੱਛਮੀ ਬੁੱਧਮ ਸ਼ਰਨਮ ਗੱਛਮੀ ਧਰਮਮ ਸ਼ਰਨਮ ਗੱਛਮੀ ਧਰਮ ਦੀ ਸ਼ਰਨ ਜਾਓ ਬੁੱਧ ਦੀ ਸ਼ਰਨ ਜਾਓ ਸੰਗਤ ਦੀ ਸ਼ਰਨ ਲੇਕਿਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਨੇ ਕਿਹਾ ਨਹੀਂ ਇਸ ਦੇ ਨਾਲ ਪ੍ਰਭੂ ਦੀ ਸ਼ਰਨ ਜਾਓ ਗੁਰੂ ਦੀ ਸ਼ਰਨ ਪਰਮੇਸ਼ਰ ਤੋਂ ਬਗੈਰ ਗੁਰੂ ਅਧੂਰਾ ਹੈ ਗੁਰੂ ਪਰਮੇਸ਼ਰ ਹੈ ਪਰਮੇਸ਼ਰ ਗੁਰੂ ਹੈ ਗੁਰੂ ਵਾਲੇ ਪਾਸੇ ਮੂੰਹ ਨਹੀਂ ਕਰੋਗੇ ਸਭ ਤੋਂ ਦੂਰ ਚਲੇ ਜਾਓਗੇ ਤਾਂ ਬਾਬਾ ਨੇ ਜੋ ਬੁਨਿਆਦ ਰੱਖੀ ਸ਼ਹਿਨਸ਼ਾਹ ਗੁਰੂਦੇਵ ਗੁਰੂ ਕੋਲ ਕਲਗੀਧਰ ਮਹਾਰਾਜ ਨੇ ਉਸ ਨੂੰ ਪੰਚ ਵਿੱਚ ਪ੍ਰਵੇਸ਼ ਕਰ ਆਪਣਾ ਸਰੀਰ ਛੱਡ ਕੇ ਆਪਣੀ ਦੀਵਾਰ ਖੜਾ ਮੇਰੇ ਉਸਤਾਦ ਪ੍ਰਿੰਸੀਪਲ ਗੰਗਾ ਸਿੰਘ ਨੇ ਕੱਲ੍ਹ ਕਿਹਾ ਕਰਦੇ ਸਨ ਜਿਸ ਸਮੇਂ ਕਲਗੀ ਵਾਲੇ ਗੁਰੂ ਨੇ ਪੰਜ ਪਿਆਰਿਆਂ ਨੂੰ ਅੰਮ੍ਰਿਤ ਪਾਨ ਕਰਾਇਆ ਆਪਣੀ ਹਸਤੀ ਖਤਮ ਔਰ ਉਸ ਬੁਨਿਆਦ ਨੂੰ ਪੱਕਾ ਕਰਨ ਲਈ ਕਲਗੀ ਵਾਲੇ ਗੁਰੂ ਨੇ ਕਿਤਨੀ ਵੱਡੀ ਕੁਰਬਾਨੀ ਦਿੱਤੀ ਕੋਈ ਦੀਵਾਰ ਰਸਤੇ ਵਿੱਚ ਨਹੀਂ ਰਹਿਣ ਦਿੱਤੀ ਸਾਹਿਬਜ਼ਾਦਿਆਂ ਵਿੱਚੋਂ ਕੋਈ ਸ਼ਬਦ ਬਾਕੀ ਨਹੀਂ ਮਾਤਾ ਸੁੰਦਰੀ ਸਤਿਗੁਰ ਸੱਚੇ ਪਾਤਸ਼ਾਹ ਦੇ ਚਰਨਾਂ ਵਿੱਚ ਬੇਨਤੀ ਕਰਕੇ ਪੁੱਤਰ ਨੂੰ ਅਡੋਪਟ ਕਰਨ ਲੱਗੀ ਪਾਤਸ਼ਾਹ ਮੈਂ ਅਜੀਤ ਸਿੰਘ ਨੂੰ ਦੇਖਣਾ ਚਾਹੁੰਦੀ ਹਾਂ ਮਾਲਕ ਨੇ ਕਿਹਾ ਕਰਮਾਂ ਵਾਲੀ ਹੈ ਅਜੀਤ ਤੇ ਉਹੀ ਸੀ ਜੋ ਸਰੀਰ ਛੱਡ ਕੇ ਆਤਮਾ ਵਿੱਚ ਚਲਾ ਗਿਆ ਹੋਰ ਅਜੀਤ ਸਿੰਘ ਬਣ ਨਹੀਂ ਸਕਦਾ ਖਰਾਬੀ ਪੈਦਾ ਹੋ ਗਈ ਨਤੀਜਾ ਕੀ ਮਿਲਿਆ ਉਸੇ ਮਾਤਾ ਸੁੰਦਰੀ ਨੂੰ ਉਸੇ ਅਜੀਤ ਸਿੰਘ ਦੇ ਖਿਲਾਫ਼ ਚਿੱਠੀ ਇਸ਼ੂ ਕਰਨੀ ਪਈ ਉਹ ਗੁਰੂ ਬਣ ਕੇ ਬੈਠ ਗਿਆ ਗੁਰੂ ਨੇ ਉਸਨੂੰ ਪਿੱਛ ਦੇ ਮੈਂ ਕਰ ਰਿਹਾ ਸਾਂ ਸੋਢੀ ਸਾਹਿਬਜ਼ਾਦਾ ਗੁਰੂਦੇਵ ਦੇ ਸਾਹਮਣੇ ਖੜਾ ਹੈ ਔਰ ਇਸਨੇ ਪਾਤਸ਼ਾਹ ਦੇ ਚਰਨਾਂ ਵਿੱਚ ਪ੍ਰਾਰਥਨਾ ਕੀਤੀ ਮਾਲਿਕ ਮਰਾਮਤ ਕਰੋ ਮੈਨੂੰ ਸਿੱਖ ਬਣਾਓ ਕਲਗੀ ਵਾਲੇ ਗੁਰੂ ਨੇ ਕਿਹਾ ਸਿੰਘ ਸਾਹਿਬ ਗੱਲ ਸਮਝ ਲਓ ਅੱਗੇ ਤੋਂ ਗੁਰੂ ਮੰਤਰ ਦੇਣ ਦੀ ਤਾਕਤ ਕੇਵਲ ਪੰਜ ਪਿਆਰਿਆਂ ਨੂੰ ਹੈ ਜੋ ਆਦਮੀ ਪੰਜ ਪਿਆਰਿਆਂ ਦੇ ਦਰਬਾਰ ਵਿੱਚ ਨਹੀਂ ਜਾਏਗਾ ਖਾਲਸਾ ਜੀ ਮੈਂ ਉਹਨਾਂ ਬੰਦਿਆਂ ਵਿੱਚੋਂ ਹਾਂ ਜੋ ਕਦੀ ਅੰਮ੍ਰਿਤ ਲਈ ਅਪੀਲ ਨਹੀਂ ਕਰਦਾ ਜਿਸ ਦਿਨ ਮੈਂ ਅੰਮ੍ਰਿਤ ਪਾਨ ਕਰਨਾ ਸੀ ਸੰਤ ਈਸ਼ਰ ਸਿੰਘ ਜੀ ਮਹਾਰਾਜ ਦੇ ਚਰਨਾਂ ਵਿੱਚ ਝੋਲੀ ਅੱਡ ਕੇ ਗਿਆ ਕਿਰਪਾ ਕਰੋ ਬੱਚਾ ਕਿਤਨੇ ਕਰਮਵਾਨ ਸਨ ਉਹ ਮਨੁੱਖ ਜਿਹਨਾਂ ਨੂੰ ਸਾਹਿਬ ਬਾਬਾ ਕਹਿੰਦੇ ਸਨ ਸਾਹਿਬ ਬਾਬਾ ਈਸ਼ਰ ਸਿੰਘ ਮਹਾਰਾਜ ਆਪ ਪੰਜ ਪੈਰਾਂ ਵਿੱਚ ਸ਼ਾਮਲ ਹੋ ਕੇ ਅੰਮ੍ਰਿਤ ਦੀਆਂ ਝੋਲੀਆਂ ਕਰਦੇ ਕਲਗੀ ਵਾਲੇ ਗੁਰੂ ਨੇ ਕਿਹਾ ਅੱਗੇ ਨੂੰ ਇਹ ਮਰਿਆਦਾ ਭੰਗ ਕਿ ਕੋਈ ਗੁਰੂ ਕੰਨ ਵਿੱਚ ਮੰਤਰ ਦੇ ਕੇ ਉਸਨੂੰ ਆਪਣਾ ਸਿੱਖ ਬਣਾ ਸਕੇ ਜੋ ਆਦਮੀ ਪੰਜ ਪੈਰਿਆਂ ਦੇ ਦਰਬਾਰ ਵਿੱਚ ਹਾਜ਼ਰ ਹੋ ਕੇ ਨੀਵਾਂ ਹੋ ਕੇ ਆਪਣਾ ਆਪ ਮਿਟਾ ਕੇ ਖਾਲਸਾ ਜੀ ਕਿਤਨਾ ਵੱਡਾ ਦਰਜਾ ਹੈ ਕਦੀ ਸੋਚਿਆ ਇਸ ਗੱਲ ਕਿ ਜਦੋਂ ਮੈਂ ਅੰਮ੍ਰਿਤ ਪਾਨ ਕਰਨ ਲੱਗਾ ਮੈਂ ਕਿੱਥੇ ਖਲੋਤਾ ਕਿੱਥੇ ਖਲੋਤਾ
ਐਨ ਉਸ ਥਾਂ ਤੇ ਬੈਠਾ ਜਿੱਥੇ ਕਲਗੀ ਵਾਲਾ ਗੁਰੂ ਆਪ ਬੈਠਾ। ਭਾਈ ਦਿਆ ਸਿੰਘ ਜਿੱਥੇ ਕਿਸੇ ਸਮੇਂ ਸਤਿਗੁਰੂ ਸਾਹਮਣੇ ਬੈਠੇ ਉੱਥੇ ਕਲਗੀ ਵਾਲਾ ਗੁਰੂ ਖੁਦ ਬੈਠਾ। ਔਰ ਪ੍ਰਾਰਥਨਾ ਕੀਤੀ ਭਾਈ ਦਿਆ ਸਿੰਘ ਜੋ ਅੰਮ੍ਰਿਤ ਤੈਨੂੰ ਵਾਹਿਗੁਰੂ ਪਾਤਮ ਪਰਮੇਸ਼ਰ ਦੀ ਦਰਗਾਹ ਵਿੱਚ ਉਤਰ ਕੇ ਮਿਲਿਆ ਹੈ ਮੈਨੂੰ ਪ੍ਰਦਾਨ ਕਰ। ਤੋ ਜਦੋਂ ਸਿੱਖ ਪੰਜ ਪੈਰਾਂ ਦੇ ਦਰਬਾਰ ਵਿੱਚ ਹਾਜ਼ਰ ਹੋ ਕੇ ਪੰਜ ਉਂਗਲੀਆਂ ਪਾਰ ਪਾਨ ਕਰਦਾ ਹੈ ਉਸ ਸਮੇਂ ਉਹ ਕਲਗੀ ਵਾਲੇ ਗੁਰੂ ਦੇ ਥਾਂ ਉੱਤੇ ਬੈਠਦਾ ਹੈ। ਔਰ ਉਸ ਥਾਂ ਉੱਤੇ ਬੈਠ ਕੇ ਅਗਰ ਪਰਮ ਪਰਮੇਸ਼ਰ ਨਾਲ ਫਿਰ ਲੋੜ ਨਹੀਂ ਜੋੜਦਾ ਫਿਰ ਸੰਸਾਰ ਵਿੱਚ ਚਲਾ ਜਾਂਦਾ ਹੈ ਫਿਰ ਅਕਾਲ ਪੁਰਖ ਵਾਹਿਗੁਰੂ ਦੀ ਟੇਕ ਰੱਖ ਕੇ ਅਕਾਲ ਰੂਪ ਹੋ ਕੇ ਸੰਸਾਰ ਵਿੱਚ ਨਹੀਂ ਜਿਉਂਦਾ। ਨਿਸ਼ਚੇ ਕਰੋ ਉਸ ਉੱਤੇ ਅੰਮ੍ਰਿਤ ਦਾ ਕੋਈ ਅਸਰ ਨਹੀਂ। ਮੈਂ ਅਰਜ਼ ਕਰ ਰਿਹਾ ਸਾਂ ਕਲਗੀ ਵਾਲੇ ਗੁਰੂ ਦੇ ਚਰਨਾਂ ਵਿੱਚ ਪ੍ਰਾਰਥਨਾ ਕੀਤੀ ਗਈ ਪਾਤਸ਼ਾਹ ਅੰਮ੍ਰਿਤ ਪਾਨ ਕਰਨਾ ਚਾਹੁੰਦੇ ਇਹ ਤੁਹਾਡੀ ਸਰਦਾ ਹੈ। ਸਤਿਗੁਰੂ ਸੱਚੇ ਪਾਤਸ਼ਾਹ ਨੇ ਕਿਹਾ ਜਾਓ ਭਾਈ ਦਿਆ ਸਿੰਘ। ਬਾਬਾ ਸੋਭਾ ਸਿੰਘ ਭਾਈ ਦਿਆ ਸਿੰਘ ਕੋਲ ਜਾ ਕੇ ਪ੍ਰਾਰਥਨਾ ਕੀਤੀ ਮੇਰੇ ਤੇ ਕਿਰਪਾ ਕਰੋ ਅੰਮ੍ਰਿਤ ਪਾਨ ਕਰਾਓ। ਤੇ ਭਾਈ ਦਿਆ ਸਿੰਘ ਸਾਹਿਬ ਨੇ ਦੀਰਘ ਦ੍ਰਿਸ਼ਟੀ ਨਾਲ ਦੇਖ ਕੇ ਕਿਹਾ ਤੂੰ ਤੇ ਇਸ ਨਾਮ ਦੇਵ ਨੂੰ ਅੱਗੇ ਤੋਰਨਾ ਹੈ ਤੂੰ ਇਸ ਦੀ ਬੁਨਿਆਦ ਰੱਖਣੀ ਹੈ ਇਸ ਚੀਜ਼ ਨੂੰ ਅੱਗੇ ਤੋਰਨਾ ਹੈ ਲੋਕਾਂ ਵਿੱਚ ਪ੍ਰਸਾਰ ਕਰਨਾ ਹੈ। ਅੰਮ੍ਰਿਤ ਦੀ ਦਾਤ ਮਿਲੀ ਔਰ ਉਹ ਅੰਮ੍ਰਿਤ ਦੀ ਦਾਤ ਦਾ ਪਸਾਰਾ ਕਿੰਨਾ ਹੋਇਆ ਕਿਸ ਕਿਸਮ ਦੇ ਮਨੁੱਖ ਸਾਬਤ ਹੋਏ। ਬਾਬਾ ਸੋਭਾ ਸਿੰਘ ਦੋ ਰੂਪ ਵਿੱਚ ਲੋਕਾਂ ਦੀ ਸੇਵਾ ਕਰਦੇ ਸਨ ਇੱਕ ਉਹ ਲੋਕਾਂ ਨੂੰ ਨਾਮ ਦਾ ਦਾਤ ਦਿੰਦੇ ਸਨ ਔਰ ਦੂਸਰੇ ਦਵਾਈ ਪ੍ਰਦਾਨ ਕਰਦੇ। ਸਾਡਾ ਇੱਕ ਪਾਸਾ ਕਮਜ਼ੋਰ ਹੋ ਗਿਆ ਭਾਈ ਸਾਡਾ ਹਰ ਗੁਰਦੁਆਰਾ ਜੀਵਨ ਦੀ ਸ਼ਾਹਰਾਹ ਸੀ ਯਾਦ ਹੋਣਾ ਚਾਹੀਦਾ ਸਿੱਖ ਨੂੰ ਕਿ ਸ਼ਾਹਜਹਾਨ ਦਾ ਪੁੱਤਰ ਬਿਮਾਰ ਹੋਵੇ ਦਾਰਸ਼ਕ ਕਿਸੇ ਥਾਂ ਤੋਂ ਦੋ ਚੀਜ਼ਾਂ ਨਾ ਲੱਭ ਸਕਣ ਇੱਕ ਤੋਲੇ ਦਾ ਲੌਂਗ ਔਰ ਇੱਕ ਸਟਾਂਪ ਦੀ ਹਰੜ। ਹਕੀਮ ਨੇ ਕਿਹਾ ਜੇ ਦੋ ਚੀਜ਼ਾਂ ਨਾ ਮਿਲਣ ਤੇ ਦਾਰਸ਼ਕ ਨਹੀਂ ਬੈਠਦਾ ਦਾਰਸ਼ਕ ਬੈਠ ਸਕਦਾ ਜੇ ਇੱਕ ਤੋਲੇ ਦਾ ਲੌਂਗ ਆ ਜਾਏ ਇੱਕ ਮਾਸੇ ਦਾ ਲੌਂਗ ਆ ਜਾਏ ਔਰ ਇੱਕ ਸਟਾਂਪ ਦੀ ਹਰੜ ਆ ਜਾਏ। ਸ਼ਾਹਜਹਾਨ ਨੇ ਕਿਹਾ ਉਹ ਮਿਲੇਗਾ ਕਿੱਥੋਂ ਤੇ ਕੋਲ ਬੈਠੇ ਕਿਸੇ ਇਨਸਾਨ ਨੇ ਕਿਹਾ ਉਹ ਕੇਵਲ ਗੁਰੂ ਹਰਿਰਾਏ ਸਾਹਿਬ ਦੇ ਦਰਬਾਰ ਵਿੱਚ ਹੈ ਹੋਰ ਕਿਸੇ ਥਾਂ ਤੋਂ ਚੀਜ਼ ਪ੍ਰਾਪਤ ਨਹੀਂ ਹੋ ਸਕਦੀ। ਏਡਾ ਵੱਡਾ ਸ਼ਫਾ ਦਾ ਨਾਮ ਗੁਰੂ ਹਰਿਰਾਏ ਸਾਹਿਬ ਦਾ ਹੈ ਓਡਾ ਹਿੰਦੁਸਤਾਨ ਵਿੱਚ ਹੋਰ ਕੋਈ ਹੈ ਨਹੀਂ ਉਹ ਜਿੱਥੇ ਲੋਕਾਂ ਨੂੰ ਨਾਮ ਅੰਮ੍ਰਿਤ ਦਿੰਦੇ ਨੇ ਹਿਰਦੇ ਨੂੰ ਸੰਚਾਰ ਕਰਦੇ ਨੇ ਮਨੁੱਖ ਨੂੰ ਦੇਹ ਤੋਂ ਉਠਾ ਕੇ ਪਰਮ ਪਰਮੇਸ਼ਰ ਨਾਲ ਜੋੜਦੇ ਨੇ ਉੱਥੇ ਸਰੀਰਕ ਰੋਗ ਦੂਰ ਕਰਨ ਲਈ ਜਿੰਨੀਆਂ ਔਸ਼ਧੀਆਂ ਗੁਰੂ ਹਰਿਰਾਏ ਸਾਹਿਬ ਦੇ ਦਰਬਾਰ ਵਿੱਚ ਨੇ ਉਨੀਆਂ ਸੰਸਾਰ ਵਿੱਚ ਹੋਰ ਕਿਤੇ ਪ੍ਰਾਪਤ ਨਹੀਂ ਹੋ ਸਕਦੀਆਂ। ਇਸ ਲਈ ਨੀਵੇਂ ਹੋ ਕੇ ਉਸਦੇ ਦਰਬਾਰ ਵਿੱਚ ਜਾਓ ਪ੍ਰਾਰਥਨਾ ਕਰੋ ਉੱਥੋਂ ਚੀਜ਼ ਮਿਲ ਜਾਏ। ਗੁਰੂ ਹਰਿਰਾਏ ਸਾਹਿਬ ਪਾਸ ਜਦੋਂ ਰੁਕ ਗਿਆ ਇਸਨੇ ਜਾ ਕੇ ਸਰਨਾ ਉੱਤੇ ਛਡਾ ਕੇ ਅਰਥ ਕੀਤੀ ਸੀ ਪਾਤਸ਼ਾਹ ਉਹ ਬਿਮਾਰ ਦਾਰਾ ਸ਼ਕੋ ਦਾ ਆਮ ਮਨੁੱਖ ਉੱਤੇ ਇਤਨਾ ਅਸਰ ਸੀ ਜੇ ਕਦੀ ਹਿੰਦੁਸਤਾਨ ਦਾ ਸ਼ਹਿਨਸ਼ਾਹ ਔਰੰਗਜ਼ੇਬ ਦੀ ਥਾਂ ਤੇ ਦਾਰਾ ਸ਼ਕੋ ਦਾ ਸ਼ਾਇਦ ਹਿੰਦੁਸਤਾਨ ਦੀ ਸ਼ਕਲ ਤੋਂ ਸ਼ਹਿਨਸ਼ਾਹ ਜਾਂ ਹੋਰ ਅੱਗੇ ਵੱਧਣ ਲੇਕਿਨ ਸ਼ਕੋ ਜੈਸਾ ਇਨਸਾਨ ਕਦੇ ਕਰ ਮਨੁੱਖ ਦੁਰਦੀ ਸੰਤ ਪਿਆਰ ਕਰਨ ਵਾਲਾ ਮਨੁੱਖ ਸੰਸਾਰ ਵਿੱਚ ਮਾਰ ਦਿੱਤਾ ਗਿਆ ਮਟਾ ਦਿੱਤਾ ਗਿਆ। ਤੋ ਸ਼ਕੋ ਦੀ ਗੱਲ ਜਦੋਂ ਸਤਿਗੁਰਾਂ ਪਾਸ ਪਹੁੰਚੀ ਸਤਿਗੁਰਾਂ ਨੇ ਕਿਹਾ ਮੇਰੇ ਖਜ਼ਾਨੇ ਵਿੱਚ ਜੋ ਚੀਜ਼ ਹੈ ਉਹ ਮਨੁੱਖ ਦੇ ਪੈਰਾਂ ਲਈ ਹਾਜ਼ਰ ਹੈ ਜੋ ਨੀਵਾਂ ਹੋ ਕੇ ਮੰਗਣ ਆਏਗਾ ਉਹ ਸਾਰੇ ਦਾ ਸਾਰਾ ਖਜ਼ਾਨਾ ਮੰਗ ਕੇ ਸ਼ਬਦ ਕੀਤੇ ਜਾ ਪ੍ਰਵਾਨ ਕੀਤਾ। ਇਹ ਦੋ ਚੀਜ਼ਾਂ ਸਤਿਗੁਰਾਂ ਦੇ ਦਰਬਾਰ ਵਿੱਚੋਂ ਆਈਆਂ ਦਾਰਾ ਸ਼ਕੋ ਦੇ ਹੱਥ ਵਿੱਚ ਉਹ ਹਰੜ ਦਿੱਤੀ ਗਈ ਦਾਰਾ ਸ਼ਕੋ ਦੀ ਦੈਨਿਕ ਬਿਮਾਰੀ ਖਤਮ ਹੋ ਗਈ ਔਰ ਉਸ ਲੌਂਗ ਦੇ ਕਸਾ ਕੇ ਉਸਦੇ ਮੱਥੇ ਉੱਤੇ ਲਾਉਣ ਨਾਲ ਸਿਰ ਦੇ ਤਮਾਮ ਰੋਗ ਖਤਮ ਹੋ ਗਏ। ਮੈਂ ਅਰਜ਼ ਕਰ ਰਿਹਾ ਸਾਂ ਕਿ ਸਤਿਗੁਰ ਸੱਚੇ ਪਾਤਸ਼ਾਹ ਦੀ ਬਖਸ਼ਿਸ਼ ਨਾਲ ਭਾਈ ਦਇਆ ਸਿੰਘ ਸਾਹਿਬ ਨੇ ਜੋ ਨਵਾਂ ਪੌਦਾ ਲਾਇਆ ਬਾਬਾ ਸੋਭਾ ਸਿੰਘ ਇਹ ਦੋ ਰਾਹਾਂ ਉੱਤੋਂ ਸਿੱਖੀ ਦੀ ਸੇਵਾ ਕਰਦੇ। ਸਾਡੇ ਵਿੱਚੋਂ ਕਈ ਮਨੁੱਖ ਸ਼ਾਇਦ ਐਸੇ ਵੀ ਹੋਣ ਜਿਨ੍ਹਾਂ ਨੇ ਸੰਤ ਸੰਪੂਰਨ ਸਿੰਘ ਅਨੰਦਪੁਰ ਸਾਹਿਬ ਵਾਲਿਆਂ ਦਾ ਨਾਮ ਸੁਣਿਆ ਹੋਵੇਗਾ ਸੰਤ ਸੰਪੂਰਨ ਸਿੰਘ ਜੀ ਕੋਲੋਂ ਜਾ ਕੇ ਦਵਾਈ ਹਾਸਲ ਕੀਤੀ ਹੋਵੇਗੀ। ਕਿਤਨੇ ਮਹਾਨ ਸੀ ਇਸ ਸੰਪਰਦਾ ਦੇ ਉਹ ਲੋਕ ਗਰੀਬ ਕੋਲ ਖਾਣ ਨੂੰ ਰੋਟੀ ਨਹੀਂ ਉੱਥੇ ਰੋਟੀ ਆ ਗਈ
ਕਪੜਾ ਨਹੀਂ ਤੇ ਕਪੜਾ ਮਿਲੇਗਾ ਰਹਿਣ ਨੂੰ ਥਾਂ ਨਹੀਂ ਤੇ ਅਨੰਦਪੁਰ ਦੇ ਸੰਤ ਸੰਪੂਰਨ ਸਿੰਘ ਦੇ ਡੇਰੇ ਵਿੱਚ ਰਾਇਸ਼ ਮਿਲੇਗੀ ਇਲਾਜ ਮਿਲੇਗਾ ਜਿਸ ਕੋਲ ਪੈਸੇ ਨੇ ਅਗਰ ਉਹ ਪੈਸੇ ਦੇ ਸਕਦਾ ਤੇ ਅਵਸ਼ ਦੇਵੇ ਨਹੀਂ ਦੇਵੇਗਾ ਤੇ ਗੁਰੂ ਦਰਬਾਰ ਇਸੇ ਗੱਲ ਦੀ ਤੇ ਹੈ ਸੰਤ ਈਸ਼ਰ ਸਿੰਘ ਜੀ ਮਹਾਰਾਜ ਦੇ ਤਿਆਗ ਦੀ ਜਦੋਂ ਲੋਕ ਗੱਲਾਂ ਕਰਦੇ ਨੇ ਤਦ ਉਹ ਭੁੱਲ ਜਾਂਦੇ ਨੇ ਕਿ ਇਸ ਸੰਪਰਦਾ ਨੇ ਬੜੇ ਬੜੇ ਤਿਆਗ ਨੂੰ ਸੰਸਾਰਨਾ ਕੀਤੀ ਕਿੱਡੀ ਵੱਡੀ ਗੱਲ ਸੰਤ ਈਸ਼ਰ ਸਿੰਘ ਜੀ ਮਹਾਰਾਜ ਨੇ ਸੰਸਾਰ ਵਿੱਚ ਚਲਾਈ ਕਿਸੇ ਗੁਰੂ ਸਥਾਨ ਤੋਂ ਪਹਿਲਾਂ ਗੁਰੂ ਸਥਾਨ ਪਰ ਗੁਰੂ ਸਥਾਨ ਤੋਂ ਕੇਵਲ ਇੱਕ ਦਸਤਾਰ ਲੈਣੀ ਹੈ ਕਿ ਜੇ ਲੋੜ ਪਵੇ ਜੇ ਵਿੱਚੋਂ ਕੱਢ ਕੇ ਉੱਥੇ ਦਾਖਲ ਕਰਨਾ ਅਫਰੀਕਾ ਵਿੱਚੋਂ ਇਹ ਗੱਲ ਆਈ ਤੁਹਾਡੇ ਸਾਊਥ ਹਾਲ ਵਿੱਚ ਇਹ ਗੱਲ ਆਈ ਜਿੱਥੇ ਜਿੱਥੇ ਜਿਸ ਗੁਰੂ ਸਥਾਨ 'ਤੇ ਸੰਤ ਜੀ ਮਹਾਰਾਜ ਗਏ ਉਸ ਸਥਾਨ 'ਤੇ ਕੁਝ ਦਿੱਤਾ ਹੈ ਔਰ ਬਾਬਾ ਕਿਆ ਕਰਦੇ ਸਨ ਮੈਂ ਤਾਂ ਜੀ ਦਾਨ ਦੇਣ ਲਈ ਆਇਆ ਹਾਂ ਜੀ ਦਾਨ ਦੇ ਭਗਤੀ ਲਾਇਨ ਹੱਥ ਲੈਣ ਵਾਲਾ ਖਾਲਸਾ ਜੀ ਜਦੋਂ ਮੈਂ ਤੁਹਾਡੇ ਸਾਹਮਣੇ ਅਰਜ਼ ਕਰ ਰਿਹਾ ਮੈਂ ਤੁਹਾਨੂੰ ਠੀਕ ਕਹਿੰਦਾ ਮੈਂ ਇੱਕ ਪੱਥਰ ਮਨੁੱਖ ਸਾਂ ਜਦੋਂ ਉਸ ਦਰਬਾਰ ਵਿੱਚ ਆਇਆ ਪੱਥਰ ਕਿਤਨਾ ਸਖ਼ਤ ਆਦਮੀ ਸਿਰ ਉੱਤੇ ਪੂਰੀ ਮੋਢੇ ਉੱਤੇ ਕੰਬਲੀ ਤੇਲ ਸ਼ਹਿਰਾ ਤੀਸਰਾ ਵਸਤਰ ਮੈਂ ਨਹੀਂ ਲੈਂਦਾ ਲੇਕਿਨ ਜਦੋਂ ਬਾਬੇ ਕੋਲ ਆਇਆ ਬਾਬੇ ਕਿਰਿਆ ਮੈਂ ਸਾਰ ਤਮਾਮ ਛਾਂਡਾ ਪੰਜਾਬ ਦਾ ਕੋਈ ਥਾਂ ਲੇਕਿਨ ਜੇ ਸੰਬੰਧ ਉਸ ਸਥਾਨ ਨਾਲ ਸੀ ਬਾਬੇ ਨੇ ਮੇਰਾਮਤ ਕਰਕੇ ਉਸ ਰਾਤ ਨੂੰ ਸ਼ਬਦ ਪੜਿਆ ਤੂੰ ਕਾਹੇ ਡੋਰੇ ਪਹਿਨਿਆ ਸੁਧਰਾ ਕੇ ਗਾ ਸੱਜਣ ਹਾਲ ਅੱਜ ਵੀ ਮੇਰੇ ਕੰਨ ਅੱਜ ਵੀ ਉਹ ਟੱਕੀ ਦੇ ਰੁੱਖ ਉਹ ਜੰਗਲੀ ਜਾਨਵਰਾਂ ਦਾ ਭਰਿਆ ਹੋਇਆ ਸੁਨਸਾਨ ਸੁਨਸਾਨ ਇਲਾਕਾ ਜਿੱਥੇ ਸੱਪ ਸਨ ਜੰਗਲੀ ਜਾਨਵਰ ਸਨ ਰੋਜ਼ ਸਨ ਜੰਗਲੀ ਸੂਰ ਸਨ ਗਿੱਦੜ ਔਰ ਲੂੰਬੜ ਸਾਡੇ ਸਾਥੀ ਸਨ ਐਸੀ ਤਾਂ ਸਾਡੇ ਸਭ ਸਭ ਸਥਾਨ ਰਹੇ ਹਾਂ ਤੋ ਬਾਬਾ ਜਿਸ ਸੰਪਰਦਾ ਨੂੰ ਚਲਾਉਂਦੇ ਸਨ ਮੈਂ ਉਸਦਾ ਜ਼ਿਕਰ ਕਰ ਰਿਹਾ ਬਾਬਾ ਸੋਭਾ ਸਿੰਘ ਦੋ ਰਸਤਿਆਂ ਰਾਹੀਂ ਸੇਵਾ ਕੀਤੀ ਲੇਕਿਨ ਮਹਾਨਤਾ ਦਾ ਅਸਰ ਇਹ ਹੈ ਕਿ ਬਾਬਾ ਸਾਹਿਬ ਸਿੰਘ ਬੇਦੀ ਹਜ਼ੂਰ ਸਾਹਿਬ ਦੀ ਯਾਤਰਾ ਲਈ ਜਾਂਦੇ ਨੇ ਸਦਾ ਰਾਹ ਇਨਸਾਨ ਉਹਨਾਂ ਨੂੰ ਗੁਰੂ ਕਰਕੇ ਪੂਜਦੇ ਨੇ ਹਜ਼ੂਰ ਸਾਹਿਬ ਦਰਬਾਰ ਅੰਦਰ ਪ੍ਰਵੇਸ਼ ਕਰਨ ਲੱਗੇ ਦਰਬਾਰ ਬਣ ਰਿਹਾ ਅਜੇ ਬਿਲਡਿੰਗ ਬਣ ਰਹੀ ਹੈ ਬਾਹਰ ਦਾ ਦਰਵਾਜ਼ਾ ਹੈ ਅੰਦਰ ਦਾਖਲ ਹੋਣ ਲੱਗੇ ਸੇਵਾਦਾਰ ਨੇ ਕਿਹਾ ਰੁਕ ਜਾਓ ਕੌਣ ਉਸਨੇ ਕਿਹਾ ਮੈਂ ਸਾਹਿਬ ਸਿੰਘ ਬੇਦੀ ਹਾਂ ਉਹਨੇ ਆਖਿਆ ਬੇਦੀ ਹੋਵੇ ਤੇਰਾ ਆਪਣੇ ਘਰ ਹੋਵੇਗਾ ਇਸ ਦਰਬਾਰ ਵਿੱਚ ਤਾਂ ਕੋਈ ਬੇਦੀ ਨਹੀਂ ਕੋਈ ਛੋਟੀ ਨਹੀਂ ਕੋਈ ਮਹਾਨ ਨਹੀਂ ਦਰਬਾਰ ਮਹਾਨ ਹੈ ਗੁਰੂ ਮਹਾਨ ਹੈ ਸੰਗਤ ਮਹਾਨ ਹੈ ਪਹਿਲੇ ਅਰਦਾਸ ਕਰਾਓ ਸ਼ੁੱਧ ਹੋ ਫਿਰ ਅੱਗੇ ਜਾਓ ਬਾਬੇ ਨੇ ਗਲ ਵਿੱਚ ਪੱਲਾ ਪਾ ਕੇ ਪਤਾਸੇ ਅੱਗੇ ਰੱਖੇ ਅਤੇ ਅਰਦਾਸ ਕਰਨ ਲਈ ਅਰਦਾਸੀ ਨੂੰ ਕਿਹਾ ਇਸ ਨੇ ਪਹਿਲਾ ਸਵਾਲ ਕੀਤਾ ਅੰਮ੍ਰਿਤ ਛਕਿਆ ਅੰਮ੍ਰਿਤ ਪਾਨ ਕੀਤਾ ਬਾਬਾ ਸਾਹਿਬ ਸਿੰਘ ਨੇ ਕਿਹਾ ਨਹੀਂ ਅਤੇ ਫਿਰ ਉਸਨੇ ਕਿਹਾ ਆਪਣੇ ਪਤਾਸੇ ਚੁੱਕ ਲਓ ਅਰਦਾਸ ਨੇ ਗੁਰਮੰਤਰਹੀਣ ਜੋ ਪ੍ਰਾਣੀ ਤ੍ਰਿਘੰਤ ਚੰਤ ਕਲਗੀ ਵਾਲੇ ਗੁਰੂ ਦੇ ਦਰਬਾਰ ਵਿੱਚ ਪੈਰ ਨਹੀਂ ਪੈ ਸਕਦਾ ਜੇ ਉਸ ਦਰਬਾਰ ਵਿੱਚ ਆਉਣਾ ਸੱਚਖੰਡ ਦੇ ਅੰਦਰ ਪ੍ਰਵੇਸ਼ ਕਰਨਾ ਕਲਗੀ ਵਾਲੇ ਗੁਰੂ ਨਾਲ ਗੰਢ ਪਾਉਣੀ ਹੈ ਅਤੇ ਫਿਰ ਅੰਮ੍ਰਿਤ ਪਾਨ ਕਰਨਾ ਹੀ ਪਏ ਬਾਬਾ ਸਾਹਿਬ ਸਿੰਘ ਜਦੋਂ ਵਾਪਸ ਉਹਨੇ ਆਏ ਉਹਨੇ ਆ ਕੇ ਸਭ ਤੋਂ ਵੱਡੀ ਸ਼ਿਕਾਇਤ ਇਹ ਹੋਈ ਕਿ ਸਾਰੇ ਹਿੰਦੁਸਤਾਨ ਦਾ ਭਰਮਣ ਕਰਾਇਆ ਹਾਂ ਲੇਕਿਨ ਮਨ ਦੁਬਧਾ ਨਾਲ ਭਰ ਗਿਆ ਹੈ ਕਿ ਅੰਮ੍ਰਿਤ ਪਾਨ ਕੀਤੇ ਬਗੈਰ ਜੇ ਮੈਂ ਸਿੱਖ ਹੀ ਨਹੀਂ ਹੋ ਸਕਦਾ ਜੇ ਮੈਂ ਗੁਰੂ ਕੇ ਦਰਬਾਰ ਵਿੱਚ ਸ਼ਾਮਿਲ ਨਹੀਂ ਹੋ ਸਕਦਾ ਤਾਂ ਫਿਰ ਆਪ ਗੁਰੂ ਕਿੱਥੇ ਬਣਾ ਆਪ ਗੁਰੂ ਹੋਣਾ ਤਾਂ ਹੋਰ ਕਹਿੰਦਾ ਲੋਕ ਗੁਰੂ ਕਹਿੰਦੇ ਲੇਕਿਨ ਉਸਨੇ ਕਿਹਾ ਮੈਂ ਤਾਂ ਅਜੇ ਸਿੱਖ ਵੀ ਨਹੀਂ ਗੁਰੂ ਕਿੱਥੇ ਬੜੇ ਵੱਡੇ ਭੁਲੇਖੇ ਪਾਉਂਦੇ ਲੋਕ ਪੰਜ ਮਿੰਟ ਹੋ ਗਏ ਸਭ ਤੋਂ ਵੱਡਾ ਭੁਲੇਖਾ ਇਹ ਪਾਇਆ ਜਾਂਦਾ ਹੈ ਕਿ ਸ਼ਬਦ ਕੋਈ ਚੀਜ਼ ਨਹੀਂ ਮੈਂ ਇੱਕ ਬੜੇ ਵੱਡੇ ਜਲਾਸ ਵਿੱਚ ਗਿਆ ਇੱਥੇ ਪ੍ਰਚਾਰਕ ਨੇ ਪ੍ਰਚਾਰ ਕਰਦਿਆਂ ਹਫ਼ਤੇ ਤੋੜੀ ਮਾਰ ਕੇ ਕਿਹਾ ਇਹ ਸ਼ਬਦ ਹੈ ਮੈਂ ਤਬ ਤਬ ਦੁਬਧਾ ਵਿੱਚ ਫਸ ਗਿਆ ਉਸ ਦਿਨ ਉਸ ਸਥਾਨ 'ਤੇ ਮੈਂ ਬੋਲ ਨਹੀਂ ਸਕਿਆ ਨਾ ਮੈਂ ਬੋਲਿਆ ਮੈਂ ਕਿਹਾ ਸ਼ੰਕਾ ਜਿਵੇਂ ਦੇ ਸਮਾਧਾਨ ਨਾ ਹੋ ਜਾਏ ਉਹਨਾਂ 'ਤੇ ਕੀ ਬੋਲਾਂ ਬਾਹਰ ਨਿਕਲ ਕੇ ਕੇਵਲ ਇੱਕ ਸਵਾਲ ਸੀ ਜੇ ਸ਼ਬਦ ਕੇਵਲ ਤੋੜੀ ਨੂੰ ਕਹਿੰਦੇ ਨੇ ਤੁਸੀਂ ਕੀ ਚੀਜ਼ ਦਿੰਦੇ ਹੋ ਮੰਤਰ ਦਿੰਦੇ ਹੋ ਨਾ
ਗੁਰੂ ਕੇ ਸਰ ਤਾਰਫ ਕਰਾਉਂਦੇ ਹੋ ਉਹਨਾਂ ਕਹੇ ਜੀ ਸ਼ਬਦ ਦਿੰਦੇ ਹਨ ਗੋਬਿੰਦਵਾਲ ਫਿਰ ਸ਼ਬਦ ਜੇ ਤੋੜੀ ਹੈ ਜੇ ਕੇਵਲ ਹੱਥ ਦੀ ਆਵਾਜ਼ ਹੈ ਫਿਰ ਸ਼ਬਦ ਉਹ ਕੀ ਹੈ ਜੋ ਇਨਸਾਨ ਨੂੰ ਤੁਹਾਡੇ ਨਾਲ ਜੋੜਦਾ ਹੈ ਜੇ ਸ਼ਬਦ ਹੀ ਉਹ ਸਭ ਕੁਝ ਹੈ ਤੇ ਫਿਰ ਪੰਜ ਪਿਆਰੇ ਮੈਨੂੰ ਉਹੀ ਸ਼ਬਦ ਪ੍ਰਦਾਨ ਕਰਦੇ ਨੇ ਉਹੀ ਅੰਮ੍ਰਿਤ ਦੀ ਦਾਤ ਪ੍ਰਦਾਨ ਕਰਦੇ ਨੇ ਉਹੀ ਗੁਰਮੰਤਰ ਦੇ ਦਾਤੇ ਨੇ ਉਹੀ ਗੁਰਮੰਤਰ ਦੇ ਨਾਲ ਨੇ ਤੋ ਸਾਹਿਬ ਬਾਬਾ ਸੋਭਾ ਸਿੰਘ ਦੇ ਅਤੀ ਮੁਖਮੰਤਰੀ ਸਾਹਿਬ ਬਾਬਾ ਸਾਹਿਬ ਸਿੰਘ ਬੇਦੀ ਨੇ ਔਰ ਬਾਬਾ ਸਾਹਿਬ ਸਿੰਘ ਬੇਦੀ ਦਾ ਪ੍ਰਤਾਪ ਇਤਨਾ ਮਹਾਨ ਹੋਇਆ ਕਿ ਮਹਾਰਾਜਾ ਰਣਜੀਤ ਸਿੰਘ ਦੀ ਮਾਂ ਗਲ ਵਿੱਚ ਪੱਲਾ ਪਾ ਕੇ ਬਾਬਾ ਸਾਹਿਬ ਸਿੰਘ ਦੇ ਦਰਬਾਰ ਵਿੱਚ ਆ ਕੇ ਪ੍ਰਾਰਥਨਾ ਕੀਤੀ ਪਾਤਸ਼ਾਹ ਮੇਰਾ ਬੱਚਾ ਨਾਸਾਨ ਹੈ ਮਾਸੂਮ ਹੈ ਪਿਤਾ ਸਿਰ ਤੋਂ ਗੁਜ਼ਰ ਗਿਆ ਹੈ ਸਾਹਿਬ ਸਿੰਘ ਦਾ ਹੱਥ ਉਸੇ ਸਿਰ ਉੱਤੇ ਆ ਹੋਣਾ ਚਾਹੀਦਾ ਹੈ ਬਾਬਾ ਸਾਹਿਬ ਸਿੰਘ ਇਸ ਨੂੰ ਸਿਰ ਦੇਣ ਲਈ ਨਹੀਂ ਗਏ ਗਲ ਵਿੱਚੋਂ ਤਲਵਾਰ ਉਤਾਰ ਕੇ ਇੱਥੇ ਗਲ ਵਿੱਚ ਪਾਈ ਇਹ ਕਿਹਾ ਰਣਜੀਤ ਸਿੰਘ ਇਹ ਤਲਵਾਰ ਕਿੱਧਰ ਜਾਏਗੀ ਕਾਮਯਾਬੀ ਔਰ ਫਤਿਹ ਹਾਸਲ ਕਰੋਗੇ ਸੰਸਾਰ ਭਰ ਤੇਰੇ ਅੱਗੇ ਚੁੱਕੇਗਾ ਤੂੰ ਕਿਸੇ ਅੱਗੇ ਨਹੀਂ ਚੁੱਕੇਗਾ ਰਣਜੀਤ ਸਿੰਘ ਨੇ ਕਿਸ ਤਰ੍ਹਾਂ ਸਫਲਤਾਵਾਂ ਹਾਸਲ ਕੀਤੀਆਂ ਜ਼ਿੰਦਗੀ ਦੀ ਮੰਜ਼ਿਲ ਹਾਸਲ ਕੀਤੀ ਕੋਈ ਸੰਪਦਾ ਦਾ ਜੋਰ ਖਾਂਦਾ ਇਸ ਸੰਪਦਾ ਨੇ ਅੱਗੇ ਜਾ ਕੇ ਕਿਤਨੀਆਂ ਮਹਾਨ ਹਸਤੀਆਂ ਨੂੰ ਜਨਮ ਦਿੱਤਾ ਇਹ ਮੈਂ ਕੱਲ੍ਹ ਨੂੰ ਕਰਨ ਦਾ ਅੱਜ ਇੱਥੇ ਸਮਾਪਤ ਕਰ ਰਿਹਾ ਹਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ Thank you.
ਪ੍ਰਸਾਦ ਭੁਲੀਐ ਮੋਹ ਮਗਨ ਵਿਕਰਾਲ ਮਾਇਆ ਤਉ ਪ੍ਰਸਾਦੀ ਭੁਲੀਐ ਲੋਕ ਕਰ ਵਿਕਾਰ ਵਿਕੜੇ ਪ੍ਰਭ ਮੇਰ ਹੂੰ ਤੇ ਨੇਰਿਆ ਬਿਰਵੰਤ ਨਾਮ ਦਇਆ ਧਾਰੋ Thank you.
ਗੁਣ ਤੇਰੇ ਪੰਜ ਵਿਖਾਦੀ ਇੱਕ ਗਰੀਬਾਰਾ ਘੋਰਾ ਖਨਹਾਰੇ ਖੇਲ ਕਰਾਂ ਯਾਰ ਬਹੁਤ ਸੰਤਾਵਾਂ ਆਇਓ ਸ਼ਰਨ ਤੁਹਾਰੇ ਕਰ ਕਰ ਹਾਰਿਓ ਅੰਤ ਵਹੁ ਪਾਤੀ ਛੁੱਟ ਹੈ ਕਤੂ ਨਾਹੀ ਇੱਕ ਵਾਤ ਸੰਤਾ ਕੀ ਓਟਾ ਸਾਧ ਸੰਤ ਮਿਟ ਜਾਹੀ ਕਰ ਕਿਰਪਾ ਸੰਤ ਮਿਲੇ ਮੋਹੇ ਤੁਮ ਤੇ ਧੀਉ ਜਪਾਇਆ ਸੰਤੀ ਮੰਤ ਦਿਓ ਮੈਂ ਨਿਰਭਉ ਗੁਰ ਕਾ ਸ਼ਬਦ ਕਮਾਇਆ ਜੀਤ ਲੀਏ ਹੋਏ ਮਹਾਂ ਦਿਖਾਦੀ ਸਹਿਜ ਸੁਹੇਲੀ ਬਾਣੀ ਕਹੋ ਨਾਨਕ ਮਨ ਭਇਆ ਪ੍ਰਗਾਸਾ ਪਾਇਆ ਪਦ ਨਿਰਵਾਣੀ Thank you.
ਸਰੋਤ ਪਈ ਗਈ ਜੋ ਮਹਾਂਪੁਰਸ਼ਾਂ ਦਾ ਠਾਠ ਬਣਾਇਆ ਹੋਇਆ ਉੱਥੇ ਦੀਵਾਨ ਸਜਣੇ ਹਨ ਤਾਂ ਫਿਰ ਉਹ ਜਿਹੜੀ ਸਰੋਤ ਹੈ ਜਿਹਨਾਂ ਦੇ ਤਾਂ ਪਿਛਲੇ ਸੰਸਕਾਰ ਸੀ ਚੰਗੇ ਬਈ ਮਨੁੱਖਾਂ ਦੇ ਮਿਲੀ ਹੈ ਪਰਮੇਸ਼ਰ ਦੀ ਬੰਦਗੀ ਔਰ ਕੀਰਤਨ ਕਥਾ ਸੁਣਨ ਵਾਸਤੇ ਉਹਨਾਂ ਦੇ ਮਨ ਦੇ ਵਿੱਚ ਤਾਂ ਚਾਅ ਪੈਦਾ ਹੋ ਗਿਆ ਜਿਹਨਾਂ ਨੂੰ ਇਸ ਗੱਲ ਦੀ ਸੋਝੀ ਨਹੀਂ ਸੀ ਸੁਣ ਉਹਨਾਂ ਨੇ ਵੀ ਲਿਆ ਪਰ ਉਹ ਨਹੀਂ ਆਏ ਗੁਰਮੁਖ ਉਹਨਾਂ ਦੇ ਕਰਮ ਹੀ ਇਹ ਸੀ ਕਰਮਾਂ ਅਨੁਸਾਰ ਜ਼ਿੰਦਗੀ ਗੁਰੂ ਸਾਹਿਬ ਨੇ ਲਿਖਿਆ ਬਿਨ ਕਰਮ ਸਤਸੰਗ ਨਾ ਲੱਭੈ ਬਗੈਰ ਕਰਮਾਂ ਤੋਂ ਕੋਈ ਵਸਤੂ ਪ੍ਰਾਪਤ ਨਹੀਂ ਹੋ ਸਕਦੀ ਆ ਜਿਹੜੇ ਤੁਸੀਂ ਲੋਕ ਇੰਡੀਆ ਨੂੰ ਛੱਡ ਕੇ ਇੱਧਰ ਆਏ ਹੋ ਤੁਹਾਡੇ ਕਰਮ ਲਾਏ ਇੱਧਰ ਤੁਹਾਡਾ ਖਾਣਾ ਪੀਣਾ ਇੱਧਰਲਾ ਲਿਖਿਆ ਹੋਇਆ ਸੀ ਉਹ ਤਾਂ ਆ ਕੇ ਤੁਸੀਂ ਇੱਧਰ ਚੁੱਕਦੇ ਹੋ ਬਿਨ ਕਰਮਾ ਸਤਸੰਗ ਨਾ ਲੱਭੇ ਬਿਲ ਸੰਗਤ ਮੈਲ ਭਰੀਜੇ ਜੀਓ ਜਿਹੜੇ ਸੰਗਤ ਨਹੀਂ ਕਰਦੇ ਉਹਨਾਂ ਦਾ ਜਿਹੜਾ ਮਨ ਆ ਉਹ ਕਾਲਾ ਸ਼ਾਹ ਹੋ ਜਾਂਦਾ ਆ ਇਸ ਤਰ੍ਹਾਂ ਦੇ ਨਾਲ ਘਰਾਂ ਬਾਰਾਂ ਨੂੰ ਕੰਮ ਕਾਰ ਨੂੰ ਪਿੱਛੇ ਛੱਡਦੇ ਹੋਏ ਸ਼ਹਿਨਸ਼ਾਹ ਸਤਿਗੁਰੂ ਦੀ ਹਜ਼ੂਰੀ 'ਚ ਪਹੁੰਚੇ ਹਾਂ ਆਓ ਸ਼ਹਿਨਸ਼ਾਹ ਸਤਿਗੁਰੂ ਨੂੰ ਸ਼ਰਧਾ ਦੇ ਨਾਲ ਛੇਤ ਭਰੋਸੇ ਦੇ ਨਾਲ ਯਕੀਨ ਨਾਲ ਨਮਸਕਾਰ ਕਰਨ ਤੋਂ ਬਾਅਦ ਬੀਬੀਆਂ ਬੀਬੀਆਂ ਵਾਲੇ ਪਾਸੇ ਬੈਠੋ ਭਾਈ ਭਾਈਆਂ ਵਾਲੇ ਪਾਸੇ ਬੈਠੋ ਜਿੱਥੇ ਜਗ੍ਹਾ ਮਿਲਦੀ ਹੈ ਪ੍ਰੇਮ ਨਾਲ ਬੈਠ ਜਾਓ ਜਿਹੜਾ ਆਪਣਾ ਖਿਆਲ ਹੈ ਨਾ ਜਿਹਨੂੰ ਆਪਾਂ ਜ਼ਿਆਦਾ ਮਨ ਕਰਕੇ ਜਾਣਦੇ ਹਾਂ ਜ਼ਿਆਦਾ ਆਪਣਾ ਨੂੰ ਕੋਈ ਤਕਲੀਫ ਦਿਖਤਾ ਪੈਂਦੀ ਹੈ ਤਾਂ ਫਿਰ ਆਪਾਂ ਦੂਏ ਨਾਲ ਗੱਲਬਾਤ ਕਰਦੇ ਹਾਂ ਮੇਰਾ ਮਨ ਬੜਾ ਦੁਖੀ ਹੈ ਆਹ ਇਸ ਤਰ੍ਹਾਂ ਦੇ ਨਾਲ ਜਿਹੜਾ ਆਪਣਾ ਮਨ ਸਫੁਰਨ ਸ਼ਕਤੀ ਹੈ ਇਹ ਸਫੁਰਨ ਸ਼ਕਤੀ ਹੈ ਇਹ ਫੁਰਨਾ ਕਰਦਾ ਰਹਿੰਦਾ ਹਮੇਸ਼ਾ ਇਹ ਨੌ ਦੁਆਰੇ ਨੇ ਸਰੀਰ ਦੇ ਜਿਹੜਾ ਦਸਵੇਂ ਜਿੱਥੋਂ ਜੀਵ ਵਿਛੜ ਗਿਆ ਤੇ ਉਹ ਆ ਉਹਲੇ ਇਹ ਉਸਦਾ ਇਸ ਨੂੰ ਗਿਆਨ ਨਹੀਂ ਹੈ ਜਦ ਇਹਨੂੰ ਗਿਆਨ ਹੋਵੇ ਹੋ ਜਾਵੇਗਾ ਨਾ ਆਪਣੇ ਘਰ ਦਾ ਫਿਰ ਇਹ ਨੌ ਦੁਆਰਿਆਂ ਤਾਂ ਹੀ ਨਹੀਂ ਬਾਹਰ ਜਾਵੇਗਾ ਨਹੀਂ ਆਪਣੇ ਘਰ ਦੇ ਵਿੱਚ ਆਰਾਮ ਸੇ ਬੈਠੇਗਾ ਕਿਤੇ ਗੁਰੂ ਸਾਹਿਬ ਜੀ ਨੇ ਕਿਵੇਂ ਲਿਖਿਆ ਕਿਤੇ ਕਿਵੇਂ ਲਿਖਿਆ ਇਹ ਜਿਹੜਾ ਸਰੀਰ ਰੂਪੀ ਬਾਜਾ ਲਿਖਿਆ ਬਾਜਾ ਬਾਜਾ ਹਮੇਸ਼ਾ ਪੌਣ ਦੇ ਨਾਲ ਵੱਜਦਾ ਜਿਹਨੂੰ ਆਪਾਂ ਹਵਾ ਕਹਿੰਦੇ ਹਾਂ ਜਿਸ ਤਰ੍ਹਾਂ ਇਹ ਸਰੀਰ ਰੂਪੀ ਬਾਜਾ ਜਿਹੜਾ ਇਹ ਆਤਮਾ ਰੂਪੀ ਪੌਣ ਦੇ ਆਸਰੇ ਆਵਾਜ਼ ਕਰਦਾ ਜਦੋਂ ਆਤਮਾ ਇਹਦੇ ਵਿੱਚੋਂ ਨਿਕਲ ਜਾਵੇਗੀ ਤਾਂ ਇਹ ਵੱਜਣੋਂ ਹਟ ਜਾਵੇਗਾ ਗੁਰਮੁਖ ਇਹ ਜਿਹੜਾ ਲੱਕੜੀ ਦਾ ਬਾਜਾ ਇਸਦਾ ਪੱਖਾ ਪਾਠ ਜਾਵੇ ਨਹੀਂ ਆਵਾਜ਼ ਦੇਵੇਗਾ ਆਓ ਗੁਰੂ ਸਾਹਿਬ ਨੇ ਗੁਰਬਾਣੀ ਦੇ ਵਿੱਚ ਵੀ ਦੱਸਿਆ ਤੀਸਰੇ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਬਾਜਾ ਪਵਨ ਵਜਾਇਆ
ਬਜਾਇਆ ਬਾਜਾ ਪਵਨ ਨੌ ਦੁਆਰੇ ਪ੍ਰਗਟ ਕੀਏ ਦਸਵਾਂ ਗੁਪਤ ਰਖਾਇਆ ਉਹ ਜਿਹੜਾ ਸਰੀਰ ਰੂਪੀ ਬਾਜਾ ਆਤਮਾ ਰੂਪੀ ਹਵਾ ਆਈ ਹੈ ਇਹਦੇ ਵਿੱਚ ਵੱਜਣਾ ਸ਼ੁਰੂ ਹੋ ਗਿਆ ਵਰਨਾ ਜਦ ਹਵਾ ਨਿਕਲ ਜਾਵੇਗੀ ਇਹ ਵੱਜਣੋਂ ਖੜ ਜਾਵੇਗਾ ਔਰ ਤਿੰਨ ਹਿੱਸਿਆਂ ਦੇ ਵਿੱਚ ਬੋਲਿਓ ਪਹਿਲਾਂ ਜਥਾ ਬੋਲੇਗਾ ਫਿਰ ਭਾਈ ਫਿਰ ਸਾਰੀਆਂ ਬੀਬੀਆਂ ਗੱਜ ਵੱਜ ਕੇ ਜਿਹੜਾ ਆਪਣਾ ਖਿਆਲ ਹੈ ਇਸ ਨੂੰ ਆਪਾਂ ਨੇ ਬਾਣੀ ਔਰ ਵਿਚਾਰ ਦੇ ਨਾਲ ਜੋੜਨਾ ਜੋ ਬਾਣੀ ਦੀ ਤਾਕਤ ਹੈ ਜੋ ਬਾਣੀ ਦੇ ਵਿੱਚ ਸ਼ਾਂਤੀ ਹੈ ਜਿਹਨੂੰ ਪੀਸ ਆਫ ਮਾਇੰਡ ਕਹਿੰਦੇ ਨੇ ਤਾਂ ਫਿਰ ਮਨ ਦੇ ਉੱਤੇ ਲਾਗੂ ਹੋ ਜਾਵੇਗੀ ਜੇ ਨਹੀਂ ਲੱਗਿਆ ਨਾਲ ਤਾਂ ਕਦੇ ਬਾਣੀ ਦੇ ਜੋ ਵਿੱਚ ਸ਼ਾਂਤੀ ਹੈ ਨਾ ਠੰਡ ਹੈ ਜਿਹੜੀ ਚੈਨ ਜੀ ਹੈ ਇੱਕ ਆਪਾਂ ਕਹਿੰਦੇ ਮੈਂ ਬੇਚੈਨ ਰਹਿਣਾ ਤੇਰਾ ਮਨ ਬੇਚੈਨ ਤਾਂ ਹੈ ਤੂੰ ਜਿੱਥੇ ਚੈਨ ਹੈ ਨਾ ਬਾਣੀ ਚ ਉੱਥੇ ਨਹੀਂ ਜੁੜਿਆ ਬਸ ਇਸ ਤਰ੍ਹਾਂ ਦੇ ਨਾਲ ਦੱਸਿਆ ਖਿਆਲ ਨੂੰ ਰੋਕ ਕੇ ਜੇ ਆਪਣਾ ਖਿਆਲ ਬਾਜ਼ਾਰਾਂ ਦੇ ਵਿੱਚ ਹੈ ਜਾਂ ਬਾਹਰ ਕੰਮ ਕਾਰ ਦੇ ਵਿੱਚ ਹੈ ਇੰਡੀਆ 'ਚ ਵੀ ਚੜਾਇਆ ਜਾਂਦਾ ਹੈ ਇੱਥੋਂ ਕਈਆਂ ਦੇ ਇੰਡੀਆ 'ਚ ਗਏ ਹੋਏ ਨੇ ਹੁਣ ਦੇਖ ਲਓ ਮਨ ਗਿਆ ਹੋਇਆ ਸਰੀਰ ਇੱਥੇ ਬੈਠਾ ਸੁਣਨਾ ਕਿਹਨੇ ਹੈ ਸਰੀਰ ਨੇ ਨਹੀਂ ਇਹ ਤਾਂ ਮਿੱਟੀ ਹੈ ਕਿਤੇ ਘਰ ਵੀ ਆਵਾਜ਼ ਸੁਣਦਾ ਹੁੰਦਾ ਜੇ ਕੋਈ ਇਨਸਾਨ ਜਾ ਕੇ ਆਵਾਜ਼ ਮਾਰੇ ਵੀ ਫਲਾਨਿਆਂ ਤੂੰ ਘਰੇ ਹੀ ਹੈ ਕਦੇ ਘਰ ਨੇ ਵੀ ਆਵਾਜ਼ ਦਿੱਤੀ ਹੈ ਵੀ ਹਾਂ ਘਰੇ ਹੀ ਹੈ ਨਹੀਂ ਉਹ ਜਿਹੜਾ ਘਰ ਵਾਲਾ ਹੋਵੇਗਾ ਉਹ ਬੋਲੇਗਾ ਤਾਂ ਉਹ ਸਰੀਰ ਰੂਪੀ ਘਰ ਹੈ ਆਤਮਾ ਦਾ ਜਦ ਇਹਦੇ ਮਨ ਹਾਜ਼ਰ ਰਹੇਗਾ ਨਾ ਇਹ ਸਰੀਰ ਦੇ ਸੰਬੰਧ ਕਰਕੇ ਹੀ ਇਸਨੇ ਜੋ ਕੁਛ ਸੁਣਨਾ ਸੁਣਨਾ ਜੇ ਨਹੀਂ ਰਹੇਗਾ ਹਾਜ਼ਰ ਤਾਂ ਫਿਰ ਉਹ ਜਿਹੜਾ ਸ਼ਾਂਤੀ ਹੈ ਨਾ ਉਹ ਨਹੀਂ ਪ੍ਰਾਪਤ ਸ਼ਾਂਤੀ ਦੇ ਵਿੱਚ ਫਰਕ ਨਹੀਂ ਹੈ ਪਰ ਆਪਣੇ ਵਿੱਚ ਫਰਕ ਆ ਆਪਾਂ ਆਪਣੇ ਖਿਆਲ ਨੂੰ ਨਾਮ ਨਾਲ ਬਾਣੀ ਨਾਲ ਨਹੀਂ ਜੋੜਦੇ ਆਓ ਖਿਆਲ ਨੂੰ ਰੋਕ ਕੇ ਜਿਹੜਾ ਫੁਰਨਾ ਕਰਦਾ ਨਾ ਇਹ ਫੁਰਨੇ ਜਦ ਇਹ ਨਾਮ ਨਾਲ ਬਾਣੀ ਨਾਲ ਜੁੜੇਗਾ ਫਿਰ ਇਹ ਫੁਰਨਾ ਛੱਡ ਦੇਵੇਗਾ ਅਤੇ ਜੋ ਬਾਣੀ ਔਰ ਨਾਮ ਦਾ ਰਸ ਹੈ ਸ਼ਾਂਤੀ ਹੈ ਉਹ ਮਨ ਦੇ ਉੱਤੇ ਲਾਗੂ ਹੋਵੇਗੀ ਬੜੋ ਪ੍ਰੇਮ ਦੇ ਨਾਲ ਵੱਜਦਾ ਹੈ ਵਾਜਾ
ਇਸਤਰੀ ਦੱਸਿਆ ਤੇ ਜਿਹੜਾ ਆਤਮ ਹੈ ਉਸ ਨੂੰ ਕੰਤ ਦੱਸਿਆ ਤੇ ਚਿਰ ਵਸੇ ਸਿਹੇ ਲੜੀ ਜਿਚਰ ਸਾਥੀ ਨਾਲ ਕਹਿੰਦੇ ਦੇਹ ਰੂਪੀ ਇਸਤਰੀ ਉਤਨਾ ਚਿਰ ਇਹ ਸੁਖੀ ਵਸਦੀ ਹੈ ਜਿਤਨਾ ਚਿਰ ਆਤਮਾ ਰੂਪੀ ਕੰਤੇ ਦੇ ਨਾਲ ਹੈ ਚਿਚਰ ਵਸੇ ਸਹੇਲੜੀ ਜਿਚਰ ਸਾਥੀ ਨਾਲ ਜਾਂ ਸਾਥੀ ਉੱਠ ਚੱਲਿਆ ਤਾਂ ਤਨ ਖਾਕੂ ਨਾਲ ਜਿੰਨਾ ਚਿਰ ਆਤਮਾ ਇਹਦੇ ਅੰਦਰ ਹੈ ਇਹ ਸੁਖੀ ਵਸਦੀ ਹੈ ਜਦ ਆਤਮਾ ਨਿਕਲ ਜਾਵੇਗਾ ਮਿੱਟੀ 'ਚ ਮਿਲ ਜਾਵੇਗਾ ਜਿਹੜਾ ਸਰੀਰ ਹੈ ਮਨ ਵੈਰਾਗ ਪਿਆ ਦਰਸ਼ਨ ਦੇਖਣੇ ਕਾ ਚਾਉ ਧੰਨ ਸੋ ਤੇਰਾ ਥਾਨ ਜਿਚਰ ਵਸਿਆ ਕੰਤ ਘਰ ਜੀਓ ਜੀਓ ਸਭ ਕਹਾਤ ਜਾਂ ਉੱਠੀ ਚੱਲ ਸੀ ਕੰਤੜਾ ਤਾਂ ਕੋਈ ਨਾ ਪੁੱਛੈ ਤੇਰੀ ਬਾਤ ਇਹ ਜਿਹੜਾ ਸਰੀਰ ਹੈ ਨਾ ਸਰੀਰ ਰੂਪੀ ਇਸਤਰੀ ਕਹਿੰਦੇ ਉਤਨਾ ਚਿਰ ਹੀ ਸੁਖੀ ਵਸਦੀ ਹੈ ਜਿੰਨਾ ਚਿਰ ਆਤਮਾ ਰੂਪੀ ਕੰਤ ਹੈ ਇਹਦੇ ਵਿੱਚ ਜੀ ਜੀ ਕਰਦੇ ਨੇ ਹੱਥ ਬੰਨ ਕੇ ਸਲੂਟਾਂ ਕਰਦੇ ਨੇ ਕਾਹਦੀ ਮਹੱਤਤਾ ਹੈ ਸਲੂਟਾਂ ਕਿਹਦੇ ਆਸਰੇ ਹੁੰਦੀਆਂ ਨੇ ਇਹ ਆਤਮਾ ਦੇ ਆਸਰੇ ਹੁੰਦੀਆਂ ਨੇ ਗੁਰੂ ਕੋਲ ਜਦ ਆਤਮਾ ਵਿੱਚੋਂ ਨਿਕਲ ਜਾਏਗੀ ਕਿਸੇ ਨੇ ਇਸ ਦੀ ਬਾਤ ਨਹੀਂ ਪੁੱਛਣੀ ਹੈ ਜਦ ਇਹਦੇ 'ਤੇ ਹੋਰ ਕਾਨੂੰਨ ਲਾਗੂ ਹੋ ਜਾਵੇਗਾ ਦੱਸਦੇ ਨੇ ਇਸ ਨੂੰ ਤਾਂ ਫਿਰ ਘਰ ਵੀ ਨਹੀਂ ਰਹਿਣ ਦਿੰਦੇ ਜਿਹੜਾ ਬੈਠ ਕੇ ਤਖਤਾਂ ਤੇ ਹੁਕਮ ਕਰਦਾ ਸੀ ਨਾ ਅਹੁਦਿਆਂ ਤੇ ਤਾਂ ਫਿਰ ਇਹਨੂੰ ਘਰ ਵੀ ਕੋਈ ਰੱਖ ਕੇ ਰੱਖਦਾ ਨਹੀਂ ਜਦੋਂ ਕਹਿੰਦੇ ਇਹਨਾਂ ਨੂੰ ਸਿੜੀ ਤੇ ਪਾ ਕੇ ਸ਼ਮਸ਼ਾਨ ਭੂਕਾ ਦੇ ਵਿੱਚ ਲਿਜਾ ਕੇ ਇਸ ਦਾ ਸੰਸਕਾਰ ਕਰ ਦਿਓ ਗੁਰੂ ਉਹ ਮਹੱਤਤਾ ਕਾਹਦੀ ਸੀ ਕਾਹਦੇ ਆਸਰੇ ਰਾਜ ਭਾਗ ਕਰਦਾ ਸੀ ਕਾਹਦੇ ਆਸਰੇ ਹਕੂਮਤ ਕਰਦਾ ਸੀ ਇਹ ਉਹ ਜਿਹੜਾ ਆਤਮਾ ਸੀ ਨਾ ਅੰਦਰ ਉਹਦੇ ਸਦਕੇ ਇਸ ਨੂੰ ਇਹ ਵਸਤੂ ਪ੍ਰਾਪਤ ਹੋਈ ਸੀ ਜਦ ਉਹ ਨਿਕਲ ਜਾਵੇਗਾ ਇਸ ਦੀ ਕਿਸੇ ਨੇ ਬਾਤ ਨਹੀਂ ਪੁੱਛਣੀ ਕੱਢੋ ਕੱਢੋ ਹੋਈ ਜਦੇ ਕਹਿਣਗੇ ਕੱਢੋ ਇਹਨੇ ਤਾਂ ਭੂਤ ਬਣ ਗਿਆ ਭੂਤ ਤਾਂ ਪਹਿਲਾਂ ਵੀ ਸੀਗਾ ਪਹਿਲਾਂ ਚੇਤਨ ਕਲਾ ਦੇ ਆਸਰੇ ਉਹ ਗੱਲ ਭਾਸਦੀ ਨਹੀਂ ਸੀ ਗੁਰਮੁਖ ਜਾਂ ਚੇਤਨ ਕਲਾ ਨਿਕਲ ਗਈ ਮਿੱਟੀ ਪਈ ਰਹਿ ਗਈ ਆਹ ਇਸ ਤਰ੍ਹਾਂ ਦੇ ਨਾਲ ਦੱਸਿਆ ਬਾਜਾ ਪਵਨ ਵਜਾਇਆ ਵਜਾਇਆ ਬਾਜਾ ਪਵਨ ਨੌ ਦੁਆਰੇ ਪਰਟੀਏ ਦਸਵਾਂ ਗੁਪਤ ਰਖਾਇਆ ਇੱਕ ਨਾ ਗੁਰੂ ਦੁਆਰੇ ਲਾਏ ਭਾਵਨੀ ਸ਼ਰਧਾ ਗੁਰੂ ਨਾਲ ਜੋ ਸੌ ਫੀਸਦੀ ਸ਼ਰਧਾ ਗੁਰੂ ਤੇ ਹੋਵੇਗੀ ਪੀਰ ਤੇ ਮੁਰਸ਼ਦ ਤੇ ਸਮਝੋ ਇਸ ਦਾ ਜਿਹੜਾ ਮਨੁੱਖਾ ਧਾਰਿਆ ਹੋਇਆ ਮੁਕਤੀ ਰੂਪੀ ਨਜਾਦ ਰੂਪੀ ਕਾਰਜ ਰਾਸ ਹੋ ਜਾਵੇਗਾ ਵਰਨਾ ਨਹੀਂ ਹੋਣਾ ਇੱਕ ਨਾ ਦਸਵਾਂ ਦੁਆਰ ਦਿਖਾਇਆ ਜਦ ਗੁਰੂ ਤੇ ਸ਼ਰਧਾ ਹੋਈ ਗੁਰੂ ਨੇ ਫਿਰ ਇਸ ਨੂੰ ਨਾਮ ਦੇ ਨਾਲ ਜੋੜਤਾ ਗੁਰੂ ਅਭਿਆਸ ਕਰਦਿਆਂ ਕਰਦਿਆਂ ਜਿਹੜੀ ਸੁਰਤ ਸੀ ਉਸ ਚਲਾ ਜਗ੍ਹਾ ਚਲੀ ਗਈ ਜਿਹੜੀ ਗੁਪਤ ਜਗ੍ਹਾ ਦੱਸੀ ਹੈ ਦਸਵਾਂ ਦੁਆਰ ਦਿਖਾਇਆ ਜਦ ਦੀ ਸੁਰਤ ਉੱਥੇ ਚਲੀ ਜਾਵੇਗੀ ਜਿਵੇਂ ਆਪਣੀ ਸੁਰਤ ਹੁਣ ਪਦਾਰਥਾਂ ਦੇ ਵਿੱਚ ਹੈ ਦੇਖ ਲਓ ਭਾਂਤ ਭਾਂਤ ਦੇ ਪਦਾਰਥਾਂ ਨੂੰ ਕਲਪਦੀ ਰਹਿੰਦੀ ਹੈ ਦੇਖਦੀ ਰਹਿੰਦੀ ਹੈ ਕਿਸੇ ਪਦਾਰਥ ਦਾ ਕੋਈ ਰੂਪ ਹੈ ਕਿਸੇ ਪਦਾਰਥ ਦੀ ਕੋਈ ਸ਼ਕਲ ਹੈ
ਕਿਸੇ ਪਦਾਰਥ ਦਾ ਕੋਈ ਚਿੰਨ ਹੈ, ਕਿਸੇ ਪਦਾਰਥ ਦਾ ਕੋਈ ਰੰਗ ਹੈ। ਇਸੇ ਤਰ੍ਹਾਂ ਹੀ ਉੱਥੇ ਦੱਸਿਆ ਤੈਂ ਅਨੇਕ ਰੂਪ, ਅਨੇਕ ਕਿਸਮ ਦੀਆਂ ਸ਼ਕਲਾਂ ਨੇ ਉੱਥੇ, ਤੈਂ ਅਨੇਕ ਰੂਪ ਨੌ ਨਮ ਨਿਧ, ਇਸ ਦਾ ਅੰਤ ਨਾ ਜਾਈ ਪਾਇਆ। ਕਹੇ ਨਾਨਕ ਹਰ ਜੀਓ, ਗੁਫਾ ਅੰਦਰ ਰੱਖ ਕੇ ਬਾਜਾ ਪਵਨ ਵਜਾਇਆ ਗੁਰਮੁਖੋ। ਇਹ ਤਾਂ ਆਤਮਾ ਰੂਪੀ ਹਵਾ ਨਾਲ ਹਰਕਤ ਕਰਦਾ, ਜੋ ਇਹਦੀ ਡਿਊਟੀ ਹੈ ਜੇ ਨਹੀਂ ਕਰੇਗਾ ਨਾ ਤਾਂ ਫਿਰ ਉਹ ਹਵਾ ਨੇ ਤਾਂ ਨਿਕਲ ਜਾਣਾ। ਸਰੀਰ ਦੇ ਸੰਬੰਧ ਕਰਕੇ ਇਸਨੇ ਉਹ ਆਤਮਾ ਨੂੰ ਪ੍ਰਗਟ ਕਰਨਾ, ਜੇ ਨਹੀਂ ਕਰੇਗਾ ਫਿਰ ਅਧੂਰਾ ਇਧਰ ਯੂਨੀਅਨ ਚ ਚਲੇ ਜਾਏਗਾ। ਪੜੋ ਫਿਰ ਕਰਦਾ ਆਵਾਜ਼ ਦਿੰਦਾ। ਉਹ ਜਿਹੜਾ ਸੇਠ ਸੀ ਉਸਨੇ ਤਿੰਨ ਘੋੜੇ ਤਿੰਨ ਨੌਕਰ ਸੱਦੇ ਵੀ ਆ ਲਓ ਘੋੜੇ ਤੀਰਥ ਯਾਤਰਾ ਕਰਨੀ ਹੈ ਸਾਲ ਦੇ ਵਿੱਚ, ਨਾਲੇ ਤਾਂ ਘੋੜਿਆਂ ਨੂੰ ਦਾਣਾ ਔਰ ਚਾਰਾ ਪਾਉਣਾ ਹੈ ਤੇ ਨਾਲੇ ਸਾਰੇ ਤੀਰਥਾਂ ਦੀ ਯਾਤਰਾ। ਜਿਹੜਾ ਇਉਂ ਕਰਕੇ ਆ ਜਾਵੇਗਾ ਉਸਨੂੰ ਇਨਾਮ ਦਿੱਤਾ ਜਾਵੇਗਾ, ਜਿਹੜਾ ਨਹੀਂ ਕਰੇਗਾ ਉਹਨੂੰ ਸਜ਼ਾ ਦਿੱਤੀ ਜਾਵੇਗੀ ਸਜ਼ਾ। ਖੈਰ ਸਾਰਿਆਂ ਨੇ ਹੁਕਮ ਵੀ ਸੁਣ ਲਿਆ, ਘੋੜੇ ਵੀ ਲੈ ਲਏ, ਚਲੇ ਗਏ ਘਰ। ਜਿਹੜਾ ਪਹਿਲਾਂ ਸੀ ਉਹ ਹੁਕਮ ਭੁੱਲ ਗਿਆ, ਚਰਨੇ ਤੇ ਘੋੜਾ ਬੰਨ ਦਿੱਤਾ, ਦੇ ਮਾਲਸ ਦੇ ਦਾਣਾ ਦੇ ਕਾ, ਬਹੁਤ ਰਾਜੀ ਕਰ ਲਿਆ, ਸਾਲ ਭਰ ਸੇਵਾ ਕਰੀ ਗਿਆ।
ਜਿਹੜਾ ਹੁਕਮ ਦੀ ਉਹ ਨਹੀਂ ਮੰਨਿਆ ਤੀਰਥ ਯਾਤਰਾ ਕੋਈ ਨਹੀਂ ਕਰੀ ਤੇ ਇੱਕ ਨੇ ਹੁਕਮ ਸੁਣਿਆ ਕਾਲਾ ਪੈ ਗਿਆ ਵੀ ਛੇਤੀ ਇਨਾਮ ਲਈਏ ਸਫ਼ਰ ਬਹੁਤਾ ਕਰਦਾ ਰਿਹਾ ਦਾਣਾ ਕਾ ਪਾਉਣਾ ਕੱਠ ਘੋੜਾ ਦੁਬਲਾ ਹੋ ਗਿਆ ਕਿਰਸ ਹੋ ਗਿਆ ਤੁਰਨੋਂ ਖੜ ਗਿਆ ਯਾਤਰਾ ਵਿਚਾਲੇ ਰਹਿ ਗਈ ਇੱਕ ਤੀ ਸਿਆਣਾ ਉਸਨੇ ਵਿਚਾਰ ਕਰੀ ਮੇਰੇ ਸਵਾਮੀ ਦਾ ਮੈਨੂੰ ਇਹ ਹੁਕਮ ਹੈ ਸਾਲ ਦੇ ਅੰਦਰ ਅੰਦਰ ਯਾਤਰਾ ਕਰਨੀ ਹੈ ਘੋੜਾ ਵੀ ਨੌਂ ਨੌਂ ਲਿਆਉਣਾ ਉਸਨੇ ਮੀਲ ਗਿਣ ਲਏ ਓਨਾ ਸਫ਼ਰ ਕਰਿਆ ਕਰੇ ਘੋੜੇ ਨੂੰ ਮਾਲ ਸਦਾਣਾ ਕਾ ਪਾਇਆ ਕਰੇ ਸਾਲ ਪੂਰਾ ਹੋ ਗਿਆ ਸਾਰੇ ਤੀਰਥਾਂ ਦੀ ਯਾਤਰਾ ਕਰਕੇ ਆ ਗਿਆ ਉਹ ਸੇਠ ਨੇ ਨੌਕਰ ਕੱਲਿਆ ਵੀ ਜਾ ਸਾਲ ਹੋ ਗਿਆ ਉਹਨਾਂ ਨੂੰ ਸੱਦ ਕੇ ਲਿਆਓ ਕਹਿਣ ਲੱਗੇ ਭਾਈ ਤੁਹਾਨੂੰ ਸੇਠ ਜੀ ਸੱਦਦੇ ਨੇ ਨਾਲੇ ਘੋੜੇ ਲਿਆਓ ਨਾਲੇ ਆਪ ਆ ਜਾਓ ਸਾਹਮਣੇ ਆ ਕੇ ਖੜ ਕੇ ਤਿੰਨੀ ਪਹਿਲੇ ਨੂੰ ਪੁੱਛਣ ਲੱਗੇ ਭਾਈ ਤੈਨੂੰ ਘੋੜਾ ਕਾਹਦੇ ਵਾਸਤੇ ਦਿੱਤਾ ਸੀ ਉਹ ਯਾਤਰਾ ਕਰ ਲਈ ਤਾਂ ਕਿ ਨਹੀਂ ਕਹਿੰਦਾ ਜੀ ਯਾਤਰਾ ਤਾਂ ਕਰੀ ਨਹੀਂ ਘੋੜਾ ਦੇਖ ਲਓ ਮੱਖੀ ਤਿਲਕਦੀ ਹੈ ਉਹ ਸੇਠ ਕਹਿੰਦਾ ਨਿਕੰਮਿਆ ਉਹ ਮੂਰਖਾ ਇਸ ਵਾਸਤੇ ਤੈਨੂੰ ਘੋੜਾ ਦਿੱਤਾ ਸੀ ਜਾਓ ਕਹਿੰਦੇ ਇਹਨੂੰ ਸਜ਼ਾ ਦਾ ਹੱਕਦਾਰ ਹੈ ਦੂਏ ਨੂੰ ਪੁੱਛਿਆ ਤੂੰ ਦਾ ਸਿਪਾਹੀ ਕਹਿੰਦਾ ਜੀ ਮੈਂ ਤਾਂ ਕਾਲਾ ਪੈ ਗਿਆ ਵੀ ਛੇਤੀ ਇਨਾਮ ਲਵਾਂ ਤਾਂ ਹੀ ਦੱਸਿਆ ਕਬੀਰ ਸਾਹਿਬ ਜੀ ਨੇ ਕਬੀਰ ਹਰ ਕਾ ਬੁਲੋਵ ਨਾ ਬੁਲੋਵੋ ਮੇਰੇ ਭਾਈ ਸਹਿਜ ਬੁਲੋਵੋ ਜੈਸੇ ਤੱਤ ਨਾ ਜਾਈ ਪੜੋ ਬਨੇ ਨਾਲ ਕਈ ਕਾਲੇ ਪੈ ਜਾਂਦੇ ਨੇ ਸਰੀਰ ਨੂੰ ਰੋਗ ਲੱਗ ਜਾਂਦਾ ਬੁਲੋਵੋ ਮੇਰੇ ਭਾਈ ਹਰ ਕਾ ਆਹ
ਰਾਤੀ ਜਿਹੜਾ ਤੂੰ ਦੱਸ ਪਾਈ ਕਹਿੰਦਾ ਲਓ ਜੀ ਘੋੜਾ ਉਸੇ ਤਰ੍ਹਾਂ ਹੀ ਨੰਬਰ ਨੌ ਸਾਰੇ ਤੀਰਥਾਂ ਦੀ ਮੈਂ ਯਾਤਰਾ ਕਰਾਇਆ ਬਹੁਤ ਖੁਸ਼ ਹੋ ਗਿਆ ਸੇਠ ਵੀ ਇਸਨੂੰ ਪੰਜ ਮੁਰੱਬੇ ਦੇ ਦੇ ਨੇ ਸਾਡਾ ਹੁਕਮ ਮੰਨ ਕੇ ਤੀਰਥ ਯਾਤਰਾ ਕਰੀਏ ਇਸੇ ਤਰ੍ਹਾਂ ਹੀ ਪਰਮੇਸ਼ਰ ਨੇ ਜਿਹੜਾ ਜੀਵ ਹੈ ਨਾ ਸਰੀਰ ਰੂਪੀ ਇਹਨੂੰ ਘੋੜਾ ਦਿੱਤਾ ਕਿਤਨੇ ਚਿਰ ਵਾਸਤੇ ਆ ਕਲ ਯੁੱਗ ਦੇ ਵਿੱਚ ਸੌ ਸਾਲ ਦੀ ਉਮਰ ਹੈ ਫਿਰ ਉਹਨੇ ਲੈ ਲੈਣਾ ਇਹਦੇ ਕੋਲ ਕਾਹਦੇ ਵਾਸਤੇ ਦਿੱਤਾ ਸਰੀਰ ਰੂਪੀ ਘੋੜਾ ਜਿਵੇਂ ਉਸਨੇ ਹੁਕਮ ਕਰਿਆ ਤੀ ਵੀ ਤੀਰਥ ਯਾਤਰਾ ਕਰਨੀ ਹੈ ਇਸ ਘੋੜੇ ਦੇ ਸੰਬੰਧ ਕਰਕੇ ਇਸ ਜੀਵ ਨੇ ਮੁਕਤੀ ਰੂਪੀ ਕਾਰਜ ਰਾਸ ਕਰਨਾ ਜੇ ਨਹੀਂ ਕਰੇਗਾ ਨਾ ਮੁਕਤੀ ਰੂਪੀ ਕਾਰਜ ਰਾਸ ਤਾਂ ਫਿਰ ਇਸ ਤੋਂ ਘੋੜਾ ਵੀ ਲਿਆ ਜਾਵੇਗਾ ਅਤੇ ਇਹਨੂੰ ਸਜ਼ਾ ਵੀ ਬਹੁਤ ਵੱਡੀ ਦਿੱਤੀ ਜਾਵੇਗੀ ਜਿਸ ਤਰ੍ਹਾਂ ਦੱਸਿਆ ਨਾ ਇਸ ਪੌੜੀ 'ਤੇ ਜੋ ਨਰ ਚੁੱਕੇ ਇੱਥੇ ਗੁਰੂ ਸਾਹਿਬ ਜੀ ਨੇ ਸਰੀਰ ਨੂੰ ਪੌੜੀ ਦਾ ਕੀ ਮਤਲਬ ਹੁੰਦਾ ਪੌੜੀ ਕਾਹਦੇ ਵਾਸਤੇ ਬਣੀ ਹੁੰਦੀ ਹੈ ਸਿੜੀ ਜੀ ਨੂੰ ਕਹਿੰਦੇ ਨੇ ਉਹ ਚੁਆਰੇ 'ਤੇ ਚੜ੍ਹਨ ਵਾਸਤੇ ਬਣਾਈ ਹੁੰਦੀ ਹੈ ਅਤੇ ਉਹ ਪੌੜੀਆਂ ਕੋਲੋਂ ਕੰਮ ਨਾ ਲਿਆ ਚੁਆਰੇ 'ਚ ਨਾ ਚੜ੍ਹਿਆ ਅਧੂਰਾ ਹੀ ਰਹੇਗਾ ਨਾ ਇਸ ਪੌੜੀ 'ਤੇ ਸਰੀਰ ਰੂਪੀ ਪੌੜੀ ਦੁਆਰਾ ਇਸਨੇ ਉਹ ਜਿਹੜਾ ਰੱਬ ਦਾ ਦੇਸ਼ ਹੈ ਨਾ ਉੱਥੇ ਨਾ ਗਿਆ ਤਾਂ ਫਿਰ ਇਸ ਨੂੰ ਸਜ਼ਾ ਕੀ ਮਿਲੇਗੀ 84 ਲੱਖ ਜੂਨ ਦਾ ਗੇੜਾ ਦਿੱਤਾ ਜਾਵੇਗਾ ਇਸ ਨੂੰ ਗੁਰੂ ਤਾਂ ਹੀ ਦੱਸਿਆ ਨਾ ਕਬੀਰ ਸਾਹਿਬ ਜੀ ਨੇ ਲਿਖਿਆ ਇਸ ਬਾਬਤ ਜਦ ਨੂੰ ਰਾਮਾਨੰਦ ਜੀ ਦੀ ਸੰਗਤ ਹੋਈ ਵਿਰਾਗੀ ਸੀ ਬ੍ਰਹਮਚਾਰੀ ਤਾਂ ਫਿਰ ਕਬੀਰ ਸਾਹਿਬ ਜੀ ਹੌਲੀ 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 ਪੌੜੀ ਤੋਂ ਕੰਮ ਲੈਣਾ ਸ਼ੁਰੂ ਕਰ ਦਿੱਤਾ ਚੜ੍ਹਦਿਆਂ ਚੜ੍ਹਦਿਆਂ ਸਰੀਰ ਰੂਪੀ ਪੌੜੀ ਦੇ ਆਸਰੇ ਸੁਰਤ ਨੂੰ ਉੱਥੇ ਲੈ ਗਿਆ ਜਿੱਥੇ ਨਿਰਾਕਾਰ ਵਾਹਿਗੁਰੂ ਦਾ ਦੇਸ਼ ਹੈ ਗੁਰਮੁਖ ਦੇਖਿਆ ਨਾ ਫਿਰ ਉਸਨੇ ਦਾਸ ਕਬੀਰ ਚੜ੍ਹਿਓ ਗੜ੍ਹ ਉੱਪਰ ਇੱਥੇ ਗੜ ਦੱਸਿਆ ਕਬੀਰ ਸਾਹਿਬ ਜੀ ਨੇ ਰਾਜ ਲਿਓ ਅਵਨਾਸੀ ਇੱਕ ਨਾਸੀ ਰਾਜ ਹੈ ਇੱਕ ਅਵਨਾਸੀ ਰਾਜ ਹੈ ਨਾਸੀ ਰਾਜ ਨਾਸ ਹੋ ਜਾਏਗਾ ਅਵਨਾਸੀ ਰਾਜ ਨਾਸ ਨਹੀਂ ਹੋਵੇਗਾ ਇਉਂ ਦੱਸਦੇ ਨੇ ਰਾਜ ਲਿਓ Thank you.
ਦੱਸਿਆ ਕਬੀਰ ਸਾਹਿਬ ਜੀ ਨੇ ਕਬੀਰ ਮਾਨਸ ਜਨਮ ਦੁਰਲੱਭ ਹੈ ਹੋਤ ਨਾ ਬਾਰਾਂ ਬਾਰ ਜਿਉ ਬਨ ਫਲ ਪੱਕੇ ਭੋਏ ਗਿਰੇ ਬਾਹਰ ਨਾ ਲਾਗੇ ਡਾਰ ਆਏ ਨੁਕਸਾਨ ਇਹ ਮਨੁੱਖਾ ਦੇ ਤਾਂ ਪੱਕਿਆ ਹੋਇਆ ਫਲ ਹੈ ਲਾਭ ਉਠਾਲਾ ਦੁਰਲੱਭ ਵਸਤੂ ਹੈ ਜਦ ਫਲ ਟਾਣੀ ਸੇ ਟੁੱਟ ਕੇ ਧਰਤੀ ਤੇ ਡਿੱਗ ਪਵੇਗਾ ਜਦ ਇਹਦੀ ਉਮਰ ਹੋ ਗਈ ਖਤਮ ਫਿਰ ਇਸ ਨੂੰ ਕਦੇ ਮਨੁੱਖਾ ਦੇ ਨਹੀਂ ਮਿਲੇਗੀ ਜੀਵ ਨੂੰ ਉਹ ਜਿਹੜਾ ਫਲ ਧਰਤੀ ਤੇ ਪਿਆ ਕਿਸੇ ਚ ਤਾਕਤ ਨੀ ਵੀ ਉਹ ਡੰਡੀ ਨਾ ਲਾ ਦੇਵੇ ਮੁੜ ਕੇ ਉਹ ਦੱਸਦੇ ਨੇ ਮਾਨਸ ਦੇਹੀ ਬਈ thank you.
ਕਰਕੇ ਸਜੀਵ ਆਤਮਾ ਨੇ ਬਹੁਤ ਕੁਛ ਪ੍ਰਾਪਤ ਕਰਨਾ। ਇਹ ਸਰੀਰ ਦੇ ਅੰਦਰ ਬਹੁਤ ਕੁਛ ਰੱਖਿਆ ਹੋਇਆ ਪਰਮੇਸ਼ਰ ਦਾ, ਜੋ ਆਪਾਂ ਤਾਂ ਬਾਜਮੁਖੀ ਲੋਕ ਹਨ, ਅੰਤਰਮੁਖ ਦਾ ਤਾਂ ਆਪਾਂ ਨੂੰ ਪਤਾ ਹੀ ਨਹੀਂ ਹੈ। ਪਰ ਜਿਹਨਾਂ ਨੇ ਪ੍ਰਾਪਤ ਕਰੀ ਹੈ ਨਾ ਅੰਦਰੂਨੀ ਅਵਸਥਾ, ਜਿਹੜੀ ਪਦਾਰਥ ਜਿਹਨੂੰ ਕਹਿੰਦੇ ਨੇ, ਉਹਨਾਂ ਨੇ ਲਿਖਿਆ ਪੀਪਾ ਇੱਕ ਰਾਜਾ ਸੀ ਚੱਕਰਵਰਤੀ, ਖੈਰ ਉਹਨੂੰ ਮੁਕਤ ਦੀ ਇੱਛਾ ਹੋਈ। ਇੱਛਾ ਵੀ ਬਹੁਤ ਕਿਸਮ ਦੀ ਹੁੰਦੀ ਹੈ, ਕਿਸੇ ਨੂੰ ਪੁੱਤਰ ਦੀ ਹੈ, ਕਿਸੇ ਨੂੰ ਵਿਆਹ ਦੀ ਹੈ, ਕਿਸੇ ਨੂੰ ਪਦਾਰਥਾਂ ਦੀ ਹੈ, ਕਿਸੇ ਨੂੰ ਅਹੁਦਿਆਂ ਦੀ ਹੈ, ਕਿਸੇ ਨੂੰ ਕੁਛ ਹੈ, ਕਿਸੇ ਨੂੰ ਕੁਛ। ਪਰ ਮੁਕਤ ਦੀ ਇੱਛਾ ਹਰ ਇੱਕ ਨੂੰ ਨਹੀਂ ਹੋ ਸਕਦੀ। ਤਾਂ ਉਸਨੇ ਕੀ ਕਰਿਆ, ਆਪੇ ਮੰਦਰ ਬਣਾ ਲਿਆ, ਮੂਰਤੀ ਰੱਖ ਲਈ ਦੇਵਤਾ ਦੀ। ਜਿੰਨੀ ਕਿਸੇ ਦੀ ਅਕਲ ਹੁੰਦੀ ਆ ਉਨਾ ਹੀ ਕੰਮ ਕਰਦਾ ਹੁੰਦਾ, ਗਾਹਾਂ ਨਹੀਂ ਕਰ ਸਕਦਾ ਹੁੰਦਾ। ਖੈਰ ਅੱਗੇ ਰਾਜੇ ਲੋਕਾਂ ਦੇ ਛੇਤਰ ਲਾਏ ਹੁੰਦੇ ਸਨ, ਜਿਵੇਂ ਗੁਰੂ ਘਰ ਦੇ ਵਿੱਚ ਲੰਗਰ ਦੀ ਮਹੱਤਤਾ। ਤਾਂ ਮਹਾਤਮਾ ਦੀ ਮੰਡਲੀ ਆ ਗਈ, ਤਾਂ ਫਿਰ ਉਹਨੂੰ ਵੀ ਸ਼ੌਂਕ ਸੀ। ਸਦਾ ਬਾਣੀ ਛਾਕੇ ਮਹਾਂਪੁਰਸ਼ੋ, ਰਾਜਾ ਵੀ ਆ ਗਿਆ, ਬਚਨੋਂ ਲਾ ਸ਼ੁਰੂ ਹੋ ਗਏ। ਮਹਾਤਮਾ ਨੇ ਕਿਹਾ, ਰਾਜਨ ਤੂੰ ਇਹ ਦੇਵਤਾ ਦੀ ਕੀ ਇੱਛਾ ਰੱਖ ਕੇ ਸੇਵਾ ਕਰਨਾ? ਕਹਿੰਦਾ ਮੈਂ ਇਹਦੇ ਕੋਲੋਂ ਮੁਕਤ ਲਵਾਂਗਾ, ਮੁਕਤ। ਮਹਾਤਮਾ ਕਹਿੰਦੇ ਠੀਕ ਹੈ, ਇਹ ਸ਼ਕਤੀ ਹੈ, ਇਹ ਮੁਕਤ ਨਹੀਂ ਦੇ ਸਕਦੀ ਹੈ। ਜਿੰਨੀ ਕਿਸੇ ਦੀ ਪਹੁੰਚ ਹੈ ਉਨੀ ਵਸਤੂ ਦੇਵੇਗਾ, ਗਾਹਾਂ ਨਹੀਂ ਦੇ ਸਕਦਾ। ਹੁਣ ਉਹਨੂੰ ਇਤਨਾ ਗਿਆਨ ਨਹੀਂ ਸੀ ਵੀ ਇਦੂ ਵੀ ਅੱਗੇ ਕੋਈ ਹੋਰ ਚੀਜ਼ ਹੈ। ਖੈਰ ਚੱਕਰਵਰਤੀ ਰਾਜਾ ਸੀ, ਮਹਾਂਪੁਰਸ਼ ਕਹਿੰਦੇ ਗਿਆਨ ਤਾਂ ਗਿਆਨ ਮਾਨਾ ਪੁਰਸ਼ਾਂ ਦੀ ਸੰਗਤ ਕਰਨ ਸੇ ਪ੍ਰਾਪਤ ਹੋਵੇਗਾ, ਤਦ ਹੋਵੇਗਾ ਜਦ ਮਨ ਸ਼ੁੱਧ ਤੇ ਇਕਾਗਰ ਹੋਵੇਗਾ, ਵਰਨਾ ਮਲੇ ਮਨਾ ਰੱਖੀਂਡੇ ਮਨ ਨੂੰ ਕਦੇ ਗਿਆਨ ਨਹੀਂ ਹੋਵੇਗਾ। ਉਹ ਸੀਗੇ ਤੱਤਵੇ ਤੇ ਮਹਾਂਪੁਰਸ਼। ਫਿਰ ਉਹਨੇ ਰਾਜ ਭਾਗ ਦੇ ਜ਼ੋਰ ਨਾਲ, ਉਹਨੂੰ ਅੱਗੇ ਪਤਾ ਨਹੀਂ ਸੀ ਮੁਕਤ ਕਿੱਥੋਂ ਮਿਲਦੀ ਹੈ, ਕਹਿੰਦਾ ਨਹੀਂ ਮੈਨੂੰ ਇਹ ਦੇਵਤਾ ਮੁਕਤ ਕਰੇਗਾ। ਕਹਿੰਦੇ ਲੈ ਲਈ ਇਹਦੇ ਕੋਲੋਂ ਮੁਕਤੀ। ਖੈਰ ਮਹਾਤਮਾ ਨੂੰ ਵੱਧ ਘੱਟ ਵੀ ਬੋਲਿਆ ਕੋ ਰਾਜ ਭਾਗ ਸੀ, ਜਿਹੜੇ ਆਤਮਦਰਸ਼ੀ ਮਹਾਤਮਾ ਉਹ ਸ਼ਾਂਤ ਚਿੱਤ ਹੁੰਦੇ ਨੇ, ਸ਼ਾਂਤ ਚਿੱਤ। ਭਾਵੇਂ ਬੁਰਾ ਕਹੋ ਭਾਵੇਂ ਭਲਾ ਕਹੋ, ਹਮ ਤਨ ਦੀ ਉਹ ਹੈ ਠਾਰ। ਔਰ ਇਸ ਤਰ੍ਹਾਂ ਦੇ ਨਾਲ ਮਹਾਂਪੁਰਸ਼ਾਂ ਨੂੰ ਕੋਈ ਕੁਛ ਬੋਲਦਾ, ਕੋਈ ਕੁਛ ਬੋਲਦਾ। ਉਹ ਸਰੀਰ ਹੋਣਗੇ ਤਾਂ ਤੈਸ਼ ਆ ਜਾਣਗੇ, ਜੇ ਸਰੀਰ ਨਹੀਂ ਹਨ ਤਾਂ ਫਿਰ ਆਤਮਾ ਦੇ ਵਿੱਚ ਤੈਸ਼ ਹੀ ਨਹੀਂ ਹੈ। ਕਰੋ ਕਹਿੰਦੇ ਚੰਗਾ ਵੀ ਤੂੰ ਲੈ ਲਈ ਦੇਵਤਾ ਕੋਲੋਂ ਮੁਕਤ। ਫਿਰ ਅੰਮ੍ਰਿਤ ਵੇਲੇ ਇਸ਼ਨਾਨ ਕਰਕੇ ਆਪਣੇ ਇਸ਼ਟ ਦੇ ਦੇਵਤਾ ਦੇ ਸਾਹਮਣੇ ਬਹਿ ਗਿਆ। ਆਵਾਜ਼ ਆਈ ਉਸ ਮੰਦਰ ਦੇ ਵਿੱਚੋਂ, ਐ ਮੂਰਖਾ, ਆਪੋ ਆਪਣੇ ਇਸ਼ਟ ਦੇ ਉੱਤੇ ਸ਼ਰਧਾ ਹੁੰਦੀ ਹੈ, ਜੇ ਇਸ਼ਟ ਘੂਰੇ ਵੀ ਨਾ ਤਾਂ ਫਿਰ ਤੈਸ਼ 'ਚ ਨਹੀਂ ਆਉਂਦਾ ਹੁੰਦਾ ਸੀ। ਜਿਵੇਂ ਗੁਰਬਾਣੀ ਦੇ ਵਿੱਚ ਲਿਖਿਆ ਨਾ, ਜੇ ਗੁਰ ਝਿੜਕੇ ਤਾਂ ਮਿੱਠਾ ਲਾਗੇ, ਬਖਸ਼ੇ ਤਾਂ ਵਡਿਆਈ। ਔਰ ਇਸ ਤਰ੍ਹਾਂ ਦੇ ਨਾਲ ਉਸਨੇ ਫਿਰ ਕਿਹਾ, ਮੂਰਖਾ ਤੂੰ ਮੇਰੇ ਕੋਲੋਂ ਮੁਕਤ ਚਾਹੁੰਦਾ, ਮਹਾਂਪੁਰਸ਼ਾਂ ਨਾਲ ਤਾਂ ਤਕਾਜਾ ਕੀਤਾ। ਹਾਂ ਜਿੰਨੀ ਮੇਰੇ 'ਚ ਤਾਕਤ ਹੈ ਨਾ, ਜਿੰਨੀ ਕਿਸੇ ਦੀ ਸੇਵਾ ਕਰੇ ਜਿੰਨੀ ਤਾਕਤ ਤੂੰ ਉਨੀ ਦੇਵੇਗਾ, ਗਾਹਾਂ ਨਹੀਂ ਦੇ ਸਕਦਾ। ਬਸ ਕਹਿਣ ਲੱਗਿਆ, ਦੇਵਤਾ ਮੈਂ ਤੈਨੂੰ ਪਦਾਰਥ ਦੇ ਦਿੰਦਾ, ਤੇਰਾ ਹੋਰ ਰਾਜ ਵਧਾ ਦਿੰਦਾ। ਕਹਿੰਦਾ ਇਹ ਤਾਂ ਮੈਨੂੰ ਇੱਛਾ ਹੀ ਨਹੀਂ ਹੈ, ਮੈਨੂੰ ਰਾਜ ਭਾਗ ਦੀ ਇੱਛਾ ਨਹੀਂ ਹੈ, ਮੈਂ ਤਾਂ ਮੁਕਤ ਚਾਹੁੰਦਾ।
ਜਿਸ ਤਰ੍ਹਾਂ ਛੇਵੇਂ ਪਾਤਸ਼ਾਹ ਮਹਾਰਾਜ ਜੀ ਜਹਾਂਗੀਰ ਪਾਤਸ਼ਾਹ ਦੇ ਨਾਲ ਇੱਧਰ ਆਗਰੇ ਕੰਨੀ ਨੂੰ ਜਾਂਦੇ ਨੇ ਤਾਂ ਜਿਹੜੀ ਵਜ਼ੀਰ ਮੰਡਲੀ ਸੀ ਦੁਸ਼ਟ ਛੇਵੇਂ ਪਾਤਸ਼ਾਹ ਮਹਾਰਾਜ ਜੀ ਨੂੰ ਸੱਚਾ ਪਾਤਸ਼ਾਹ ਕਹਿੰਦੇ ਸਨ ਉਸ ਨੂੰ ਸਿਰਫ ਜਹਾਂਗੀਰ ਬਾਦਸ਼ਾਹ ਕਹਿੰਦੇ ਸਨ ਉਹ ਜਿਹੜੀ ਦੁਸ਼ਟ ਮੰਡਲੀ ਸੀ ਨਾ ਜਰ ਸਕੀ ਇਸ ਗੱਲ ਨੂੰ ਕਹਿਣ ਲੱਗੇ ਰਾਜਾ ਸਲਾਮਤ ਤੁਹਾਡਾ ਚੱਕਰਵਰਤੀ ਰਾਜਾ ਫਕੀਰੀ ਗੱਦੀ ਦੇ ਮਾਲਕ ਛੇਵੇਂ ਪਾਤਸ਼ਾਹ ਇਹਨਾਂ ਨੂੰ ਸੱਚਾ ਪਾਤਸ਼ਾਹ ਕਹਿੰਦੀ ਹੈ ਦੁਨੀਆਂ ਤੁਹਾਨੂੰ ਸਿਰਫ ਬਾਦਸ਼ਾਹ ਕਹਿੰਦੀ ਹੈ ਕਹਿੰਦਾ ਹੈ ਤਾਂ ਠੀਕ ਕਹਿੰਦਾ ਮੈਂ ਪੁੱਛਾਂਗਾ ਵੀ ਤੁਹਾਨੂੰ ਸੱਚਾ ਪਾਤਸ਼ਾਹ ਕਿਉਂ ਕਹਿੰਦੇ ਟਹਿਲਦੇ ਸਨ ਜਹਾਂਗੀਰ ਕਹਿਣ ਲੱਗਾ ਮਹਾਰਾਜ ਮੈਂ ਚੱਕਰਵਰਤੀ ਰਾਜਾ ਤੇ ਮੈਨੂੰ ਸਿਰਫ ਬਾਦਸ਼ਾਹ ਕਹਿੰਦੇ ਤੁਹਾਨੂੰ ਸੱਚਾ ਪਾਤਸ਼ਾਹ ਕਿਉਂ ਕਹਿੰਦੇ ਛੇਵੇਂ ਪਾਤਸ਼ਾਹ ਮਹਾਰਾਜ ਕਹਿਣਗੇ ਦੋ ਚਾਰ ਦਿਨ ਤੋਂ ਬਾਅਦ ਇਹਦਾ ਉੱਤਰ ਦੇਵਾਂਗੇ ਤੈਨੂੰ ਮਹਾਰਾਜ ਜੀ ਇਸ ਤਰ੍ਹਾਂ ਤੁਰੇ ਜਾਂਦੇ ਸਨ ਜਿੱਥੇ ਤੰਬੂ ਲੱਗਦੇ ਸਨ ਇੱਕ ਪਾਸੇ ਜਹਾਂਗੀਰ ਦਾ ਇੱਕ ਪਾਸੇ ਛੇਵੇਂ ਪਾਤਸ਼ਾਹ ਮਹਾਰਾਜ ਨਾਲ ਵੀ ਸੂਰਮੇ ਸਿੱਖ ਸਨ ਤਾਂ ਫਿਰ ਇੱਕ ਉੱਥੇ ਕੋਈ ਗਰੀਬ ਸੀ ਕੋਈ ਸਹਿਜਧਾਰੀ ਸਿੱਖ ਉਸਨੇ ਉਪਦੇਸ਼ ਲਿਆ ਹੋਇਆ ਸੀ ਗੁਰੂ ਨਾਨਕ ਦੇਵ ਮਹਾਰਾਜ ਜੀ ਤੋਂ ਮਿਹਨਤ ਕਰਦਾ ਸੀ ਵਿਆਸ ਕਰਦਿਆਂ ਕਰਦਿਆਂ ਉਸਦੇ ਦੋ ਦੋਸਤ ਦੂਰ ਹੋ ਗਏ ਮਲ ਔਰ ਬਖਸ਼ੇਫ ਇਹਨਾਂ ਨੂੰ ਦੂਰ ਹੋਏ ਕੌਣ ਜਾਣੇਗਾ ਸਰਵਗ ਗੁਰੂ ਜਾਣੇਗਾ ਜਿਹਦੇ ਨਹੀਂ ਦੂਰ ਹੋਏ ਉਹਨੂੰ ਵੀ ਜਾਣੇਗਾ ਵੀ ਤੇਰੇ ਜੇ ਦੂਰ ਨਹੀਂ ਹੋਏ ਤੂੰ ਵਿਆਸ ਕਰ ਜਿਵੇਂ ਮੈਲਾ ਲੀੜਾ ਹੁੰਦਾ ਉਸ ਨੂੰ ਜੇ ਲਾਰੀ ਦੇ ਲਿਜਾਓ ਜਦੇ ਹੀ ਦੱਸ ਦੇਗਾ ਮੈਲ ਪਈਆ ਧੋਲਾ ਰੰਗ ਨਹੀਂ ਚੜਨਾ ਇਹ ਜਿਵੇਂ ਮਹਾਂਪੁਰਸ਼ ਗੁਰੂ ਹੁੰਦੇ ਨੇ ਉਹਨਾਂ ਨੂੰ ਪਤਾ ਵੀ ਤੇਰਾ ਮਨ ਮੈਲਾ ਹੈ ਜੇ ਤੈਨੂੰ ਬ੍ਰਹਮ ਗਿਆਨ ਦਾ ਰੰਗ ਨਹੀਂ ਚੜਨਾ ਹੈ ਤੈਨੂੰ ਆਤਮਾ ਦਾ ਰੰਗ ਨਹੀਂ ਚੜਨਾ ਤੂੰ ਸੁਹਾ ਕਰ ਲੈ ਰੰਗ ਚੜਨ ਨੂੰ ਤਾਂ ਇੱਕ ਸਕਿੰਟ ਨਹੀਂ ਲੱਗਦਾ ਕਰੋ ਪਰ ਰੰਗ ਚਾੜਨ ਵਾਲਾ ਲੀੜਾ ਪਹਿਲਾਂ ਤਿਆਰ ਕਰਨਾ ਪੈਣਾ ਲੀੜਾ ਕੌਣ ਹੈ ਮਨ ਜੇ ਮਨ ਵਾਲਾ ਕਦੇ ਆਤਮਾ ਦਾ ਰੰਗ ਨਹੀਂ ਚੜੇ ਆਪਣੇ ਸੰਤ ਮਹਾਰਾਜ ਜੀ ਨੇ ਦੀਵਾਨ ਦੇ ਵਿੱਚ ਇੱਕ ਬਚਨ ਕੀਤਾ ਵੀ ਜੇ ਇਹੋ ਜਿਹਾ ਮਨ ਹੋ ਜਾਵੇ ਕਿਸੇ ਦਾ ਗਿਆਨ ਹੋਣ ਨੂੰ ਚਿਰ ਨਹੀਂ ਲੱਗੇਗਾ ਮੈਂ ਗੱਲ ਫੜ ਲਈ ਜਾਂ ਅਸੀਂ ਮੁੱਠੀ ਚਾਪੀ ਕਰਕੇ ਬੈਠ ਗਏ ਨਾਲ ਦੇ ਸਾਥੀ ਚਲੇ ਗਏ ਮੈਂ ਇਕੱਲਾ ਹੀ ਬੈਠਾ ਰਹਿ ਗਿਆ ਮੈਂ ਅਰਜ਼ ਕਰੀ ਮਹਾਰਾਜ ਤੁਸੀਂ ਜਵਾਨ ਦੇ ਵਿੱਚ ਅੱਜ ਕਿਹਾ ਸੀ ਵੀ ਇਹੋ ਜਿਹਾ ਮਨ ਹੋਵੇ ਤਾਂ ਗਿਆਨ ਹੋਣ ਨੂੰ ਚਿਰ ਨਹੀਂ ਲੱਗਦਾ ਉਹ ਕਿਹਾ ਜਿਹਾ ਮਨ ਹੈ ਫਿਰ ਮੈਨੂੰ ਦੱਸਿਆ ਮਹਾਰਾਜ ਜੀ ਨੇ ਕਹਿੰਦੇ ਤੂੰ ਆਪਣੇ ਮਨ ਨੂੰ ਇਹੋ ਜਿਹਾ ਕਰਕੇ ਦੇਖ ਤੂੰ ਜਦੀ ਗਿਆਨਵਾਨ ਹੋ ਜਾਏਗਾ ਮੈਂ ਜ਼ੋਰ ਲਾ ਹਟਿਆ ਮਨ ਹੋਇਆ ਹੀ ਨਾ ਕਹਿੰਦੇ ਮੈਲਾ ਹੋਰ ਅਭਿਆਸ ਕਰੋ ਹਾਲੇ ਆਹ ਇਸ ਤਰ੍ਹਾਂ ਦੇ ਨਾਲ ਦੱਸਿਆ ਜਿਸ ਤਰ੍ਹਾਂ ਮੈਲੇ ਲੀੜੇ ਨੂੰ ਕਦੇ ਰੰਗ ਲਲਾਰੀ ਤਾਂ ਚਾਹੁੰਦਾ ਵੀ ਮੈਨੂੰ ਕੋਈ ਰੰਗਾਵੇ ਆਹ ਇਸ ਤਰ੍ਹਾਂ ਦੇ ਜਿਹੜੇ ਮਹਾਂਪੁਰਸ਼ ਗੁਰੂ ਲੋਕ ਨੇ ਤਾਂ ਚਾਹੁੰਦੇ ਨੇ ਵੀ ਕੋਈ ਸਿੱਖ ਆਵੇ ਜਿਹਦਾ ਅੰਤਸ਼ਕਰਨ ਸਾਫ਼ ਹੈ ਉਸਨੂੰ ਰੰਗ ਚਾੜ ਦੀਏ ਗਿਆਨ ਦਾ ਮੈਲੇ 'ਤੇ ਚੜ੍ਹੇਗਾ ਨਹੀਂ ਕਦੇ ਵੀ ਉਹ ਦੇਵਤਾ ਕਹਿਣ ਗਿਆ ਤੂੰ ਮੁਕਤ ਚਾਹੁੰਦਾ ਕਹਿੰਦਾ ਹਾਂ ਜੀ ਫਿਰ ਇਉਂ ਕਰ ਤੂੰ ਮੁਕਤ ਪੁਰਸ਼ਾਂ ਦੀ ਸੰਗਤ ਕਰਨੀ ਸ਼ੁਰੂ ਕਰ ਦੇ ਕਹਿੰਦੇ ਦੱਸਦੇ ਨੇ ਨਾ ਮਨ ਪੰਖ ਹੀ ਪਿਆ ਉੜ ਉੜਦੈਂ ਦੇ ਸਜਾਏ ਜੋ ਜੈਸੀ ਸੰਗਤ ਕਰੇ ਸੋ ਤੈ ਸੋ ਫਲ ਖਾਏ ਗਿਆਨਵਾਨਾਂ ਦੀ ਸੰਗਤ ਕਰਨੀ ਸ਼ੁਰੂ ਕਰ ਦਿਓ ਕੋਈ ਦਿਨ ਆ ਜਾਵੇਗਾ ਇਹ ਇਨਸਾਨ ਗਿਆਨਵਾਨ ਬਣ ਜਾਵੇਗਾ ਪੜ੍ਹੋ ਪ੍ਰੇਮ
ਤਨ 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 ਜਨ ਆਇਆ ਜਿਸ ਪ੍ਰਸਾਦ ਸਭ ਜਗਤ ਤਰਾਇਆ ਜਨ ਆਵਨ ਕਾ ਇਹ ਸੁਆਉ ਜਨ ਕੈ ਸੰਗ ਚਿਤ ਆਵੈ ਨਾਉ ਆਪ ਮੁਕਤ ਮੁਕਤ ਕਰੇ ਸੰਸਾਰ ਨਾਨਕ ਤਿਸ ਜਨ ਕੋ ਸਦਾ ਨਮਸਕਾਰ ਇਹੋ ਜਿਹੇ ਪੁਰਸ਼ਾਂ ਦੀ ਬਰਮ ਗਿਆਨੀਆਂ ਦੀ ਜਾਗਦੇ ਪੁਰਸ਼ਾਂ ਦੀ ਸੰਗਤ ਤੇ ਇਹ ਵੀ ਜਿਹੜੇ ਤਿੰਨਾਂ ਗੁਣੀ ਮਾਇਆ ਦੇ ਵਿੱਚ ਸੁੱਤਾ ਪਿਆ ਨਾ ਇਹ ਵੀ ਜਾਗ ਪਵੇਗਾ ਉਹਨਾਂ ਨੂੰ ਢੰਗ ਆਉਂਦਾ ਜਗਾਉਣ ਦਾ ਪੜੋ ਪ੍ਰੇਮ ਮਾਰਦਾ
ਮਹਾਂਪੁਰਸ਼ਾਂ ਦੀ ਸੰਗਤ ਕਰਨ ਲੱਗ ਗਿਆ। ਗੁਰੂ ਸਾਹਿਬ ਨੇ ਲਿਖਿਆ, ਜੈਸਾ ਸੇਵੇ ਤੈਸਾ ਹੋਵੇ। ਜਿਹੋ ਜਿਹੇ ਪੁਰਸ਼ ਦੀ ਸੰਗਤ ਕਰੇਗਾ ਉਹੋ ਜਿਹੇ ਦਾ ਮਨ ਬਣ ਜਾਵੇਗਾ। ਤਤਵੇ ਤੇ ਮਹਾਂਪੁਰਸ਼ਾਂ ਦੀ ਸੰਗਤ ਕਰਨੀ ਸ਼ੁਰੂ ਕਰਤੀ ਗੁਰਮੁਖ। ਹੋਰ ਤਾਂ ਉਹਨੂੰ ਕੋਈ ਪਦਾਰਥਾਂ ਦਾ ਤਾਂ ਫੁਰਨਾ ਕੋਈ ਨਹੀਂ ਸੀ। ਆਪਾਂ ਨੂੰ ਕਾਹਤੇ ਨਹੀਂ ਨਿਜਾਤ ਜਾਂ ਮੁਕਤੀ ਪ੍ਰਾਪਤ ਹੁੰਦੀ, ਆਪਣੇ ਫੁਰਨੇ ਦੋ ਨੇ। ਆਪਣਾ ਫੁਰਨਾ ਪਦਾਰਥਾਂ ਦਾ ਵੀ ਰਹਿੰਦਾ, ਅੱਧਾ ਕਿੱਧਰ ਵੀ ਰਹਿੰਦਾ। ਉਹ ਇਸ ਤਰ੍ਹਾਂ ਦੇ ਨਾਲ ਸੰਗਤ ਕਰਦਾ ਕਰਦਾ ਪੀਪਾ ਆਰਫ ਬਣ ਗਿਆ, ਜਾਣੀ ਗਿਆਨਵਾਨ ਹੋ ਗਿਆ। ਗਿਆਨਵਾਨ ਤੋਂ ਅੱਗੇ ਕੋਈ ਵਸਤਾ ਨਹੀਂ, ਮੁਕਤ ਵਸਤਾ ਪ੍ਰਾਪਤ ਹੋ ਗਈ ਉਹਨੂੰ। ਹੋਈ ਕਦ ਜਦ ਉਹਨੇ ਮੁਕਤ ਪੁਰਸ਼ਾਂ ਦੀ ਸੰਗਤ ਕਰੀ, ਤਾਂ ਫਿਰ ਉਸਨੇ ਗੁਰਬਾਣੀ ਦੇ ਵਿੱਚ ਸ਼ਬਦ ਆਉਂਦਾ, ਵਸਤੂ ਪ੍ਰਾਪਤ ਕਿੱਥੋਂ ਕਰੀ? ਅੰਦਰੋਂ ਸ਼ਬਦ ਦੀ ਖੋਜ ਕਰੀ ਗੁਰਮੁਖੋ। ਜਦ ਅੰਦਰੋਂ ਵਸਤੂ ਪ੍ਰਾਪਤ ਹੋ ਗਈ ਨਾ ਉਸਨੂੰ, ਉਹਨੇ ਫਿਰ ਬਾਹਰ ਜਾਹਰ ਕਰ ਦਿੱਤੀ, ਜੋ ਬ੍ਰਹਿ ਮੁੰਡੇ ਸੋਈ ਪਿੰਡੇ। ਪਰ ਸ਼ਰਤ ਅੱਗੇ ਰੱਖ ਦਿੱਤੀ, ਜੋ ਖੋਜੇ ਸੋ ਪਾਵੇ। ਕਹਿੰਦੇ ਜਿੰਨਾ ਸਾਰੇ ਬ੍ਰਹਿਮੰਡ ਦੇ ਵਿੱਚ ਆ, ਇਸ ਸਰੀਰ ਰੂਪੀ ਛੋਟਾ ਬ੍ਰਹਿਮੰਡ ਆ ਇਹਦੇ ਅੰਦਰ ਆ। ਕਹਿੰਦੇ ਜਦ ਇਹਦੇ ਅੰਦਰ ਨਿਰਾਕਾਰ ਵਾਹਿਗੁਰੂ ਆ, ਫਿਰ ਪਦਾਰਥ ਕਿੱਥੇ ਰਹਿ ਗਏ? ਜਿੱਥੇ ਕੋਈ ਇਨਸਾਨ ਜਾਂਦਾ, ਜਿੰਨੀ ਉਹਦੀ ਤਾਕਤ ਆ ਉਹ ਨਾਲ ਜਾਂਦੀ ਹੁੰਦੀ ਆ। ਆਹੋ ਫਿਰ ਆਰਫ ਬਣ ਗਿਆ ਉਹ। ਉਹਨੇ ਗੁਰਬਾਣੀ ਦੇ ਵਿੱਚ ਲਿਖਿਆ, ਨਾ ਕਿਸਾਏ ਵੋ ਨਾ ਕਿਸਜਾਏ ਵੋ ਰਾਮ ਕੀ ਦੁਹਾਈ। ਇਹ ਗਿਆਨਵਾਨ ਦੀ ਅਵਸਥਾ ਆਪਣੀ ਨਹੀਂ ਹੈ। ਆਪਾਂ ਉੱਥੇ ਜਾਣ ਵਾਸਤੇ ਕਰਮ ਅਪਾਸ਼ਨਾ ਚੰਗੇ ਸੇਵਾ ਪਰਉਪਕਾਰ ਕਰਨਾ। ਜਦ ਆਪਣੀ ਇਹ ਅਵਸਥਾ ਆ ਜਾਵੇਗੀ, ਆਪਾਂ ਨੂੰ ਵੀ ਸੋਝੀ ਆ ਜਾਵੇਗੀ। ਉਸਨੇ ਲਿਖਤਾ, ਨਾ ਕੁਛ ਆਉਂਦਾ ਨਾ ਕੁਛ ਜਾਂਦਾ। ਹੁਣ ਆਪਣੀ ਅਵਸਥਾ ਹੈ ਇਹ। ਔਰ ਇਸ ਤਰ੍ਹਾਂ ਦੇ ਨਾਲ ਉਹ ਜਿਹੜਾ ਸਹਿਜਤਾਰੀ ਸਿੱਖ, ਉਹਨੂੰ ਪਤਾ ਲੱਗਿਆ ਵੀ ਗੁਰੂ ਸਾਹਿਬ ਜੀ ਇੱਧਰ ਜਾ ਰਹੇ ਨੇ ਆਗਰੇ ਕੰਨੀ। ਉਹਨੇ ਪੰਜ ਮਸੂਰੀ ਪੈਸੇ, ਜਿਹਨੂੰ ਆਪਾਂ ਧੇਲੇ ਕਹਿੰਦੇ ਹੁੰਦੇ ਸੀ, ਧੇਲੇ ਡਬਲ ਪੈਸੇ ਹੋਰ ਹੁੰਦੇ ਸੀ, ਉਹਨੇ ਲਹੇ। ਆ ਗਿਆ ਮੈੜੇ ਲੀੜੇ ਨੇ ਵਿਚਾਰੇ ਦੇ। ਤਾਂ ਫਿਰ ਉਹਨੇ ਆ ਕੇ ਪੁੱਛਿਆ, ਜਹਾਂਗੀਰ ਦਾ ਤੰਬੂ ਲੱਗਿਆ ਸੀ ਸਾਹਮਣੇ। ਕਹਿਣ ਲੱਗਾ ਜਿਹੜੇ ਨੌਕਰ ਚਪਾਹੀ ਖੜੇ ਸਨ, ਕਹਿੰਦਾ ਮੈਂ ਸੱਚੇ ਪਾਤਸ਼ਾਹ ਦੇ ਦਰਸ਼ਨ ਕਰਨੇ ਨੇ। ਉਹਨਾਂ ਨੇ ਕਿਹਾ ਵੀ ਬਾਦਸ਼ਾਹ ਨੂੰ ਕਹਿੰਦਾ। ਗੱਲ ਸਮਝਣੀ ਵੀ ਬੜੀ ਔਖੀ ਆ ਗੁਰਮੁਖ। ਉਹ ਕਹਿੰਦੇ ਰਾਜਾ ਸਲਾਮਤਾ ਬਰਾਜ ਗਿਆ ਹੁਣ, ਕਹਿੰਦਾ ਮੈਂ ਤਾਂ ਸੱਚੇ ਪਾਤਸ਼ਾਹ ਦੇ ਦਰਸ਼ਨ ਕਰਨ ਵਾਸਤੇ ਆਇਆ, ਮੈਂ ਤਾਂ ਜ਼ਰੂਰ ਜਾਵਾਂਗਾ। ਉਹ ਜਹਾਂਗੀਰ ਬੈਠਾ ਸੀ ਅੰਦਰ, ਜਾਗਦਾ ਹੀ ਸੀ, ਉਹਨੂੰ ਸੁਣ ਗਈ। ਉਹਨੇ ਕਿਹਾ ਵੀ ਕੋਈ ਗਰੀਬ ਆਏ ਅੰਦਰ ਨਹੀਂ ਆਉਣ ਦਿੰਦੇ, ਆਵਾਜ਼ ਦਿੱਤੀ ਕਹਿੰਦੇ ਆ ਜਾਣ ਦੇ ਸੀ। ਸਿੱਖ ਚਲਿਆ ਗਿਆ ਪੰਜ ਮਜ਼ੂਰੀ ਪੈਸੇ, ਉਹਨੇ ਖਿਆਲ ਹੀ ਨਹੀਂ ਕਰਿਆ ਹੈ। ਜਦ ਰਾਜੇ ਲੋਕਾਂ ਦੇ ਵੀ ਦਾੜੇ ਹੁੰਦੇ ਸਨ, ਤਾਂ ਉਸਨੇ ਪੰਜ ਮਜ਼ੂਰੀ ਪੈਸੇ ਰੱਖ ਕੇ ਨਾ ਉਹਦੇ ਪਲੰਘ ਦੇ ਉੱਤੇ
ਤੇ ਗਲ ਦੇ ਵਿੱਚ ਪੱਲਾ ਪਾ ਕੇ ਇਹ ਮੰਗ ਮੰਗਦਾ ਪੜੋ ਫਰੇਵ ਨਾਲ ਕਿਰਪਾ ਕਰੋ ਕੁਦਰਤੀ ਇੱਧਰ ਤੁਹਾਡਾ ਆਉਣਾ ਹੋ ਗਿਆ ਮਿਹਰ ਕਰੋ ਮੇਰਾ ਜਨਮ ਮਰਨ ਕੱਟ ਦਿਓ ਕੌਣ ਕੱਟੇਗਾ ਜਨਮ ਮਰਨ ਇਹ ਤਾਂ ਉਹ ਕੱਟੇਗਾ ਜਿਹਦਾ ਕੱਟਿਆ ਫਿਰ ਗੁਰੂ ਕੱਟੇਗਾ ਉਹ ਹੈਰਾਨ ਹੋ ਗਿਆ ਜਹਾਂਗੀਰ ਬਾਦਸ਼ਾਹ ਕਹਿਣ ਲੱਗਾ ਬਈ ਤੈਨੂੰ ਕੋਈ ਤੰਗ ਕਰਦਾ ਕਹਿੰਦਾ ਨਾ ਮੇਰਾ ਤਾਂ ਕੋਈ ਦੁਸ਼ਮਣੇ ਨਹੀਂ ਹੈ ਮੇਰਾ ਕੋਈ ਦੁਸ਼ਮਣੇ ਨਹੀਂ ਹੈ ਦੁਸ਼ਮਣ ਕਦ ਭਾਸਦਾ ਜਦ ਦਵੰਦ ਪਾਦੇ ਦੇ ਅੰਦਰ ਹੈਗਾ ਜਦ ਦਵੰਦ ਪੰਧ ਦੂਰ ਹੋ ਗਿਆ ਨਾ ਇਹਦਾ
ਹੰਗਤਾ ਮਮਤਾ ਦੂਰ ਹੋ ਗਈ, ਇਹਨੂੰ ਫਿਰ ਭਾਸਣੀ ਨਹੀਂ ਇਹ ਗੱਲ, ਇਹ ਕਿੱਥੋਂ ਪ੍ਰਾਪਤ ਹੋਵੇਗਾ? ਇਹ ਮਹਾਂਪੁਰਸ਼ਾਂ ਦੀ ਸੰਗਤ ਸੇ ਕਿ ਉਹਨਾਂ ਦੀ ਦੁਆਇਤ ਦੂਰ ਕਰੀ ਹੁੰਦੀ ਆ ਗੁਰੂ ਕੋ। ਗੁਰੂ ਸਾਹਿਬ ਨੇ ਗੁਰਬਾਣੀ ਦੇ ਵਿੱਚ ਲਿਖਿਆ ਬਿਸਰ ਗਈ ਸਭ ਤਾਤ ਪਰਾਈ। ਕਹਿਣ ਲੱਗੇ ਵੀ ਤੇਰੀ ਦੁਆਇਤ ਕਿਵੇਂ ਦੂਰ ਹੋ ਗਈ? ਅਗਲੀ ਪੰਗਤੀ ਦੇ ਵਿੱਚ ਲਿਖਿਆ ਜਬ ਤੇ ਸਾਧ ਸੰਗਤ ਮੋਹੇ ਪਾਈ। ਕਹਿੰਦਾ ਮੇਰੀ ਦੁਆਇਤ ਦੀ ਨਾ ਜਿਹੜੀ ਮੈਨੂੰ ਦੁਆਰ ਆਪਣਾ ਭਾਸਦਾ ਸੀ, ਮੈਂ ਮਹਾਂਪੁਰਸ਼ਾਂ ਦੀ ਸੰਗਤ ਕਰੀ, ਉਹਨਾਂ ਨੇ ਮੈਨੂੰ ਨਾਮ ਨਾਲ ਜੋੜ ਕੇ ਅੱਗੇ ਕਰ ਦਿੱਤਾ, ਮੇਰੇ ਦਿਲ ਦੀ ਜਿਹੜੀ ਦੁਆਇਤ ਸੀ ਦੂਰ ਹੋ ਗਈ। ਪੜ੍ਹੋ ਪ੍ਰੇਰਨਾ ਰਹੇਗਾ ਜਿੰਨਾ ਚਿਰ ਆਪਣਾ ਪੁਰਾਇਆ ਸਮਝਦਾ। ਪੁਰਾਏ ਨਾਲ ਹੀ ਦੁਆਇਤ ਹੁੰਦੀ ਹੈ ਨਾ, ਕਿਸੇ ਨੇ ਆਪਣੇ ਸਰੀਰ ਨਾਲ ਵੀ ਦੁਆਇਤ ਕਰੀ ਹੈ? ਜਦ ਇਹਦੀ ਦੁਆਇਤ ਦੂਰ ਹੋ ਜਾਵੇਗੀ ਨੂੰ ਇੱਕ ਹੋਰ ਵਸਤੂ ਪ੍ਰਾਪਤ ਹੋਵੇਗੀ ਫਿਰ ਅੱਗੇ, ਉਹ ਕਿਹੜੀ ਹੈ? ਵੈਰੀ ਮਿੱਤਰ ਕਦ ਨਹੀਂ ਦਾ ਜਦ ਇਹਦੇ ਅੰਦਰ ਦੁਆਇਤ ਹੈ। ਜਦ ਦੁਆਇਤ ਦੂਰ ਹੋ ਜਾਵੇਗੀ ਫਿਰ ਇਸ ਨੂੰ ਕੀ ਦਿਖੇਗਾ? ਅਗਲੀ ਪੰਕਤੀ ਦੇ ਵਿੱਚ ਗੁਰੂ ਸਾਹਿਬ ਜੀ ਦੱਸਦੇ ਨੇ ਨਾ ਕੋ ਵੈਰੀ ਨਹੀਂ ਬਗਨ ਸਗਲ ਸੰਗ ਹਮ ਕੋ ਬਣ ਆਈ। ਪੜੋ ਪ੍ਰੇਮ ਦੇ ਨਾਲ Thank you.
ਕੋਈ ਤੰਗ ਕਰਦਾ ਮੈਂ ਉਸ ਨੂੰ ਸਜ਼ਾ ਦੇ ਦਾਂਗਾ। ਸਿੱਖ ਕਹਿੰਦਾ ਮੇਰਾ ਤਾਂ ਕਿਸੇ ਨਾਲ ਬੈਰ ਵਿਰੋਧ ਹੀ ਨਹੀਂ ਹੈ, ਨਾ ਮੈਨੂੰ ਕੋਈ ਤੰਗ ਕਰਦਾ। ਫਿਰ ਤੂੰ ਗਰੀਬ ਹੈ, ਤੈਨੂੰ ਕੋਈ ਪਿੰਡ ਦੇ ਦਿਆਂ। ਕਹਿੰਦਾ ਪਦਾਰਥਾਂ ਦੇ ਮਾਰੇ ਤਾਂ ਅੱਗੇ ਹੀ ਜੂਨੀਆਂ 'ਚ ਭੜਕਦੇ ਫਿਰਦੇ ਹਾਂ। ਕਿਰਪਾ ਕਰੋ ਮਹਾਰਾਜ, ਟਾਲੋ ਨਾ ਤੁਸੀਂ, ਮੈਂ ਤਾਂ ਮੁਕਤ ਮੰਗਦਾ, ਮੈਨੂੰ ਤਾਂ ਜੰਮਣ ਮਨ ਸੇ ਰਹਿਤ ਕਰ ਦਿਓ। ਹੁਣ ਕਰ ਦੂਗਾ ਜਹਾਂਗੀਰ। ਖੈਰ ਉਸਨੇ ਸੋਚਿਆ ਵੀ ਇਹ ਤਾਂ ਭੁੱਲ ਕੇ ਆ ਗਿਆ ਕੋਈ, ਇਹ ਤਾਂ ਮੈਂ ਖਬਰ ਨਹੀਂ ਕਿਹੜੇ ਦੋਜਕਾਂ ਦੇ ਵਿੱਚ ਜਾਵਾਂਗਾ, ਕਿਹੜੀ ਅੱਗ ਦੇ ਵਿੱਚ ਸੜਾਂਗਾ। ਕਹਿਣ ਲੱਗਿਆ ਵੀ ਤੂੰ ਤਾਂ ਇਉਂ ਲੱਗਦਾ ਜਿਵੇਂ ਛੇਵੇਂ ਪਾਤਸ਼ਾਹ ਮਹਾਰਾਜ ਦਾ ਸਿੱਖ ਹੁੰਦਾ। ਕਹਿਣ ਲੱਗਾ ਇਹ ਵਸਤੂ ਮੇਰੇ ਕੋਲ ਨਹੀਂ ਹੈ, ਉਹ ਤਾਂ ਪਰਲੇ ਪਾਸੇ ਤੰਬੂ ਲੱਗਿਆ, ਉੱਥੇ ਚਲਿਆ ਜਾ। ਸਿੱਖ ਨੇ ਆਪਣੇ ਪੈਸੇ ਚੱਕ ਲਏ, ਗੁਰੂ ਚਲਿਆ ਗਿਆ। ਸਾਹਮਣੇ ਸਿੱਖ ਖੜਾ, ਪੈਰ ਦੇ ਉੱਤੇ ਨਮਸਕਾਰ ਕਰੀ ਜਾ ਕੇ ਸਿੱਖ ਨੂੰ। ਕਹਿਣ ਲੱਗਾ ਮੈਂ ਸੱਚੇ ਪਾਤਸ਼ਾਹ ਦੇ ਦਰਸ਼ਨ ਕਰਨੇ ਨੇ। ਕਹਿੰਦਾ ਮੈਂ ਬੇਨਤੀ ਕਰ ਦਿੰਦਾ, ਜੋ ਹੁਕਮ ਹੋਏਗਾ ਮੈਂ ਦੱਸ ਦਿਆਂਗਾ ਆ ਕੇ। ਸਿੱਖ ਚਲਿਆ ਗਿਆ, ਪੜੰਗ ਤੇ ਬੈਠੇ ਸੀ ਮਹਾਰਾਜ। ਕਹਿੰਦੇ ਮਹਾਰਾਜ ਜੀ, ਇੱਕ ਸਿੱਖ ਆਇਆ ਗਰੀਬ ਵਾਰ ਖੜਾ, ਦਰਸ਼ਨ ਵਾਸਤੇ ਬੇਨਤੀ ਕਰਦਾ। ਮਹਾਰਾਜ ਕਹਿੰਦੇ ਆ ਜਾਣ ਦੇ। ਚਲਿਆ ਗਿਆ ਸਿੱਖ, ਉਹੀ ਪੰਜ ਮਜ਼ਦੂਰੀ ਪੈਸੇ ਛੇਵੇਂ ਪਾਤਸ਼ਾਹ ਮਹਾਰਾਜ ਜੀ ਅੱਗੇ ਰੱਖ ਕੇ ਨਮਸਕਾਰ ਕਰਕੇ ਗੱਲ ਪੱਲਾ ਪਾ ਕੇ ਇਹ ਪਦਾਰਥ ਮੰਗਦਾ। ਪੜੋ ਪ੍ਰੇਮ ਦੇ ਕਾਟੋ ਮੇਰਾ ਇੱਕ ਦੁੱਖ। Thank you.
ਬਾਦਸ਼ਾਹ ਮਹਾਰਾਜ ਅੱਗੇ ਖੜ ਕੇ ਬੇਨਤੀ ਕਰਦਾ ਹੈ, ਮਹਾਰਾਜ ਨੌ ਮਹੀਨੇ ਮਾਤਾ ਦੇ ਉਧਰ ਦੇ ਵਿੱਚ ਜਠਰਾਗਨ ਦੇ ਵਿੱਚ ਜਲਣਾ ਪੈਂਦਾ, ਫਿਰ ਜਨਮ ਹੋ ਕੇ ਫਿਰ ਜਦ ਮਰਦਿਆਂ ਫਿਰ ਅੱਗ ਦੇ ਵਿੱਚ ਜਲਣਾ ਪੈਂਦਾ, ਕਿਰਪਾ ਕਰੋ ਇਸ ਤੋਂ ਰਾਹਤ ਕਰ ਦਿਓ ਮੈਨੂੰ। ਉੱਤਮ ਅਧਿਕਾਰੀ ਦੇ ਕੇ ਛੇਵੇਂ ਪਾਤਸ਼ਾਹ ਮਹਾਰਾਜ ਜੀ ਨੇ ਇਹ ਜਿਹੜਾ ਜੀਵ ਹੈ ਨਾ, ਇਹ ਨਿਰਾਕਾਰ ਵਾਹਿਗੁਰੂ ਦੀ ਅੰਸ਼ ਹੈ। ਬਰਮ ਜੀਵ ਦੀ ਏਕਤਾ ਦੇ ਬੋਧਕ ਵਚਨ ਜਾਣੀ, ਉਹ ਜੀਵਪਣੇ ਦਾ ਭੁਲੇਖਾ ਦੂਰ ਕਰਕੇ ਆਤਮਾ ਜਣਾਤੀ ਉਹਨੂੰ, ਕਿਰਤ ਕਿਰਤ ਹੋ ਗਿਆ, ਜਨਮ ਮਰਨ ਸੇ ਰਾਇਤ ਹੋ ਕੇ ਆਪਣੇ ਘਰ ਨੂੰ ਚਲਿਆ ਗਿਆ। ਤਾਂ ਫਿਰ ਜਹਾਂਗੀਰ ਬਾਦਸ਼ਾਹ ਛੇਵੇਂ ਪਾਤਸ਼ਾਹ ਮਹਾਰਾਜ ਦੇ ਨਾਲ ਟਹਿਲਦਾ। ਛੇਵੇਂ ਪਾਤਸ਼ਾਹ ਕਹਿਣ ਲੱਗੇ, ਜਹਾਂਗੀਰ ਤੇਰੇ ਕੋਲ ਕੋਈ ਆਦਮੀ ਵੀ ਆਇਆ ਸੀ ਕੱਲ? ਕਹਿੰਦਾ ਹਾਂਜੀ ਆਇਆ ਤਾਂ ਸੀ, ਉਹ ਤਾਂ ਅਜੀਬ ਜਿਹਾ ਹੀ ਸੀਗਾ। ਕਹਿੰਦੇ ਕੀ ਮੰਗਦਾ ਸੀ ਤੇਰੇ ਕੋਲੋਂ ਉਹ? ਕਹਿੰਦਾ ਮਹਾਰਾਜ ਉਹ ਤਾਂ ਨਜਾਤ ਮੰਗਦਾ ਸੀ, ਮੁਕਤ। ਮਹਾਰਾਜ ਕਹਿਣ ਲੱਗੇ ਫਿਰ ਦੇ ਦਿੰਦਾ ਤੂੰ ਉਹਨੂੰ ਮੁਕਤ? ਕਹਿੰਦਾ ਮਹਾਰਾਜ ਮਹੀ ਖਬਨੀ ਕਿਹੜੀ ਦੋਜਕਾਂ ਦੀ ਅੱਗ 'ਚ ਜਲਣਾ, ਮੈਂ ਕਿਸ ਤਰ੍ਹਾਂ ਮੁਕਤ ਦੇ ਦਿੰਦਾ? ਕਹਿੰਦੇ ਫਿਰ ਤਾਂ ਸ਼ੰਕਾ ਪੈਦਾ ਕਰੀ ਸੀ ਨਾ ਬਈ ਤੁਹਾਨੂੰ ਸੱਚਾ ਪਾਤਸ਼ਾਹ ਕਹਿੰਦੇ ਨੇ, ਮੈਨੂੰ ਬਾਦਸ਼ਾਹ ਕਹਿੰਦੇ ਨੇ? ਕਹਿੰਦੇ ਸਾਨੂੰ ਤਾਂ ਪਾਤਸ਼ਾਹ ਕਹਿੰਦੇ ਨੇ, ਅਸੀਂ ਦੋਹਾਂ ਲੋਕਾਂ 'ਚ ਸਿੱਖ ਦੀ ਸਹਾਇਤਾ ਕਰਦੇ ਹਾਂ। ਤੂੰ ਤਾਂ ਇੱਥੇ ਹੀ ਕਰ ਸਕਦਾ, ਪਰ ਲੋਕ ਦਾ ਤੈਨੂੰ ਪਤਾ ਨਹੀਂ, ਪਤਾ ਤੈਨੂੰ ਹੀ ਨਹੀਂ ਪਤਾ ਪਹਿਲਾਂ ਕਿੱਧਰ ਨੂੰ ਜਾਣਾ। ਤਾਂ ਆਓ ਇਸ ਤਰ੍ਹਾਂ ਦੇ ਨਾਲ ਜਿਹੜੀ ਮੁਕਤਾ ਗੁਰੂ ਇਹ ਆਰਫ ਲੋਕਾਂ ਕੋਲੋਂ ਮਿਲੇਗੀ, ਜਾਂ ਗੁਰੂਆਂ ਕੋਲੋਂ, ਜਾਂ ਜਿਹੜੇ ਬਰਮ ਗਿਆਨੀ ਸਿੱਖ ਨੇ, ਜਾਂ ਉਹਨਾਂ ਦੀ ਸੰਗਤ ਕਰੇਗਾ ਗੁਰੂ ਨਾਨਕ ਦੇਵ ਮਹਾਰਾਜ ਜੀ। ਸੁਲਤਾਨਪੁਰੇ ਮੋਦੀਖਾਨੇ ਦੇ ਵਿੱਚ ਆਪਣੀ ਡਿਊਟੀ ਦਿੰਦੇ ਨੇ, ਅਤੇ ਇੱਕ ਮਹਿਲ ਸ਼ੀਆਂ ਪਿੰਡ ਦਾ ਚੌਧਰੀ ਸੀ ਕੋਈ ਫਕੀਰ, ਉਸ ਨੂੰ ਮੁਕਤ ਦੀ ਇੱਛਾ ਜਾਗੀ ਬਈ ਮਨੁੱਖਾਂ ਦੇ ਪ੍ਰਾਪਤ ਹੋਈ ਆ, ਮੁਕਤ ਹੋਣ ਦਾ ਕੀ ਸਾਧਨ ਹੈ? ਉਹਨੇ ਆਪਣੀ ਮੱਤ ਅਨੁਸਾਰ ਦੇਵਤਾ ਦੀ ਮੂਰਤੀ ਬਣਾ ਕੇ ਮੰਦਰ ਬਣਾ ਕੇ ਵਿੱਚ ਰੱਖ ਲਈ, ਬੈਠ ਕੇ ਤਪੱਸਿਆ ਭਜਨ ਪਾਠ ਜੋ ਹੁੰਦਾ ਕਰਨਾ ਸ਼ੁਰੂ ਕਰ ਦਿੱਤਾ ਸੀ। ਉਸ ਨੂੰ ਮੁਕਤ ਦੀ ਇੱਛਾ, ਪਦਾਰਥਾਂ ਦੀ ਤਾਂ ਹੈ ਨਹੀਂ ਸੀ ਇੱਛਾ। ਤਾਂ ਪਰ ਜਦੋਂ ਬਰਾਗ ਦੇਖਿਆ ਉਸ ਦੇਵਤਾ ਨੇ ਆਵਾਜ਼ ਆਈ, ਕਹਿੰਦੇ ਐ ਫਕੀਰ ਤੋਂ ਮੁਕਤ ਚਾਹੁੰਦਾ? ਕਹਿੰਦਾ ਹਾਂ ਮਹਾਰਾਜ, ਮੈਂ ਤੁਹਾਡੀ ਸੇਵਾ ਭਜਨ ਮੁਕਤ ਵਾਸਤੇ ਹੀ ਕਰਦਾ। ਉਹ ਦੇਵਤਾ ਕਹਿੰਦਾ ਮੁਕਤ ਤਾਂ ਮੈਂ ਵੀ ਆਪ ਨਹੀਂ, ਪਦਾਰਥ ਦੇ ਦਾਂਗਾ। ਕਹਿੰਦਾ ਪਦਾਰਥਾਂ ਨੇ ਮੈਂ ਲੈਣੇ? ਕਹਿੰਦੇ ਚੰਗਾ ਫਿਰ ਤੈਨੂੰ ਮੈਂ ਦੱਸ ਦਿੰਦਾ ਜਿੱਥੋਂ ਮੁਕਤ ਮਿਲਣੀ। ਜਾ ਸੁਲਤਾਨਪੁਰੇ ਮੋਦੀਖਾਨੇ ਦਾ ਕੰਮ ਕਰਦੇ ਨੇ ਗੁਰੂ ਨਾਨਕ ਦੇਵ ਮਹਾਰਾਜ ਜੀ, ਉਹ ਮੁਕਤ ਕਰ ਦੇਣਗੇ ਤੈਨੂੰ, ਜਾ ਉੱਥੇ ਚਲਿਆ ਜਾ। ਆ ਗਿਆ ਗੁਰਮੁਖੋ, ਗੁਰੂ ਨਾਨਕ ਦੇਵ ਮਹਾਰਾਜ ਨੂੰ ਮਿਲਿਆ ਆ ਕੇ, ਜੋ ਉਹਦਾ ਫੁਰਨਾ ਸੀ ਉਹੀ ਅੱਗੇ ਰੱਖਿਆ। ਮਹਾਰਾਜ ਜੀ ਮੈਨੂੰ ਮੁਕਤ ਕਰ ਦਿਓ, ਮੈਂ ਮੁਕਤ ਹੋਣਾ ਚਾਹੁੰਦਾ। ਗੁਰੂ ਨਾਨਕ ਦੇਵ ਮਹਾਰਾਜ ਕਹਿੰਦੇ ਵੀ ਫਿਰ ਜੁਗਤੀਆਂ ਉਗਤੀਆਂ ਨੇ, ਮੁਕਤ ਤਾਂ ਤੂੰ ਹੋ ਜਾਏਗਾ, ਉਹ ਤੈਨੂੰ ਧਾਰਨ ਕਰਨੀਆਂ ਪੈਣਗੀਆਂ। ਦੱਸੋ ਮਹਾਰਾਜ ਜੀ ਫਿਰ ਮੈਂ ਉਹਨਾਂ ਨੂੰ ਕਮਾਈ ਕਰਾਂ? ਪਹਿਲੀ ਜੁਗਤੀ ਤਾਂ ਇਹ ਹੈ, ਕਹਿੰਦੇ ਨਾਮ ਦੇ ਨਾਲ ਤੇਲ ਧਾਰਾ ਬਤ ਮਨ ਨੂੰ ਜੋੜਨਾ। ਤੇਲ ਧਾਰਾ, ਤੇਲ ਹੁੰਦਾ ਨਾ ਜਿਹੜਾ ਤੇਲ ਸਰੋਂ ਦਾ, ਤੁਸੀਂ ਉਸ ਨੂੰ ਦੂਏ ਬਰਤਨ ਦੇ ਵਿੱਚ ਪਾਓ, ਉਸਦੀ ਕਦੇ ਧਾਰ ਨਹੀਂ ਟੁੱਟੇਗੀ, ਨਿੱਗਰ ਹੁੰਦਾ। ਤੁਸੀਂ ਪਾਣੀ ਪਾਉਣਾ ਸ਼ੁਰੂ ਕਰੋ, ਹਵਾ ਵਗੇ ਉਹਦੀ ਧਾਰ ਟੁੱਟ ਜਾਵੇਗੀ। ਤੇਲ ਧਾਰਾ ਬਤ ਆਪਣੇ ਮਨ ਨੂੰ ਨਾਮ ਦੇ ਨਾਲ ਜੋੜਨਾ। ਫਿਰ ਅੱਗੇ ਹਉ ਨੂੰ ਦੂਰ ਕਰਨਾ, ਹਉ ਨੂੰ, ਜਿੰਨਾ ਚਿਰ ਦੀ ਹਉ ਨਹੀਂ ਦੂਰ ਹੁੰਦੀ ਕਦੇ ਇਸ ਨੂੰ ਗਿਆਨ ਨਹੀਂ ਹੋਵੇਗਾ। ਦੱਸਿਆ ਹਉਮੈ ਨਾਮੇ ਨਾਲ ਵਿਰੋਧ ਹੈ, ਦੋ ਨਾ ਮਸੇ ਇਕਠਾਏ। ਜਿੱਥੇ ਹਉ ਹੈ ਉੱਥੇ ਗਿਆਨ ਵੀ ਨਹੀਂ, ਨਾਮ ਨਹੀਂ ਹੈ। ਹਉ ਨੂੰ ਤਿਆਗ ਦੇ, ਫਿਰ ਅੱਗੇ
ਪਾਣਾ ਮਿੱਠਾ ਕਰਕੇ ਮੰਨਣਾ ਜੋ ਪਰਮੇਸ਼ਰ ਕਰਦਾ ਠੀਕ ਕਰਦਾ। ਗੁਰੂ ਨਾਨਕ ਦੇਵ ਮਹਾਰਾਜ ਕਹਿੰਦੇ ਤੈਨੂੰ ਅਭਿਆਸ ਕਰਾਵਾਂਗੇ ਨਾਲ ਬੈਠ ਕੇ, ਜਿਵੇਂ ਮਹਾਂਪੁਰਸ਼ ਕਰਾਉਂਦੇ ਨੇ ਜਗਿਆਸੂਆਂ ਕੋਲੋਂ, ਜਿਵੇਂ ਗੁਰੂ ਲੋਕ ਕਰਾਉਂਦੇ ਰਹੇ ਸਿੱਖਾਂ ਕੋਲੋਂ। ਤਾਂ ਬੇਈ 'ਚ ਇਸ਼ਨਾਨ ਕਰਕੇ 2 ਵਜੇ ਫਿਰ ਬੇਈ ਦੇ ਕਿਨਾਰੇ ਬੈਠ ਕੇ ਅਭਿਆਸ ਕਰਾਉਂਦੇ ਰਹੇ ਉਸ ਕੋਲੋਂ ਗੁਰਮੁਖ ਸੀ। ਉਸ ਨੂੰ ਮੁਕਤ ਹੋਣ ਦੀ ਇੱਛਾ, ਹੋਰ ਕੋਈ ਇੱਛਾ ਨਹੀਂ ਸੀ। ਉਸ 2 ਮਹੀਨੇ ਦੇ ਵਿੱਚ ਉਸ ਨੂੰ ਮੁਕਤ ਪ੍ਰਾਪਤ ਹੋ ਗਈ ਉਹ ਭਗੀਰਥ ਚੌਧਰੀ ਨੂੰ। ਗੁਰੂ ਨਾਨਕ ਦੇਵ ਮਹਾਰਾਜ ਕਹਿੰਦੇ ਜਾ ਹੁਣ ਤੂੰ ਚਲਿਆ ਜਾ, ਤੇਰਾ ਹੁਣ ਜਿਹੜਾ ਜਪਨ ਜਨਮ ਹੈ ਇਹ ਸਫਲਾ ਹੋ ਗਿਆ ਗੁਰੂ। ਆਹ ਮੁਕਤ ਹੈ ਜਿਹੜੀ, ਜਾਂ ਤਾਂ ਜਿਹੜਾ ਮੁਕਤ ਪੁਰਸ਼ ਆ ਉਹਦੀ ਸੰਗਤ ਸੇ ਮਿਲੇਗੀ, ਜਾਂ ਫਿਰ ਗੁਰੂਆਂ ਕੋਲੋਂ ਮਿਲੇਗੀ। ਆਰਫ ਲੋਕ ਹੁੰਦੇ ਨੇ ਜਿਹੜੇ, ਆਹ ਟਾਈਮ ਹੋ ਗਿਆ ਹੁਣ ਕੱਲ੍ਹ ਨੂੰ ਸ਼ੁਰੂ ਕਰਾਂਗੇ। ਆਨੰਦ ਸਾਹਿਬ ਦੇ ਵਿੱਚ ਬੋਲੋ, ਫਿਰ ਗੁਰੂ ਸਤੋਤਰ ਪੜਾਂਗੇ, ਫਿਰ ਅਰਦਾਸ ਦੇ ਵਿੱਚ ਜੁੜਾਂਗੇ, ਫਿਰ ਗੁਰੂ ਸਾਹਿਬ ਜੀ ਦਾ ਹੁਕਮ ਸਾਵਾਂ ਸੁਣ ਕੇ ਸੀਤ ਪ੍ਰਸ਼ਾਦ ਲੈ ਕੇ ਫਿਰ ਆਪੋ ਆਪਣੇ ਘਰਾਂ ਨੂੰ ਜਾਣਾ। ਪੜੋ ਪ੍ਰੇਮ ਨਾਲ, 4 ਵਿਧਾਨ ਦੀਵਾਨ ਹੋ ਗਏ, ਤੁਹਾਡੇ 4 ਦੀਵਾਨ ਬਾਕੀ ਰਹਿ ਗਏ ਜਿਹਨਾਂ ਗੁਰਮੁਖਾਂ ਨੇ ਅੰਬਰ ਦੀ ਦਾਤ ਪ੍ਰਾਪਤ ਕਰਨੀ ਹੈ, ਨਗੁਰੇਪਣੇ ਤੋਂ ਬਚਣਾ, ਮਨੁੱਖਾਂ ਦੇ ਅੱਗੇ ਨੂੰ ਪ੍ਰਾਪਤ ਕਰਨੀ ਹੈ। ਉਹ ਜਿਹੜੇ ਇੱਥੇ ਠਾੜ ਦੇ ਜ਼ਿੰਮੇਵਾਰ ਪ੍ਰੇਮੀ ਨੇ ਨਾ, ਉਹਨਾਂ ਕੋਲ ਨਾਂ ਲਿਖਾਈ ਜਾਓ। ਫਿਰ ਐਤਵਾਰ ਨੂੰ ਜਿਵੇਂ ਤੁਸੀਂ ਸੰਡੇ ਕਹਿ ਰਹੇ ਹੋ, ਫਿਰ ਅੰਮ੍ਰਿਤ ਛਕਾਇਆ ਜਾਵੇਗਾ। ਪੜੋ ਪ੍ਰੇਮ ਰਾਮ ਕਲੀ ਮਹਲਾ ਤੀਜਾ, ਆਨੰਦ ਓਂਕਾਰ ਸਤਿਗੁਰ ਪ੍ਰਸਾਦ, ਆਨੰਦ ਪਿਆ ਮੇਰੀ Thank you.
ਆਪ ਜੀ ਕੇ ਸੂਰ ਅਰਦਾਸ ਬੇਨਤੀ ਸ਼ਾਮਾਂ ਦੇ ਦੀਵਾਨ ਸਜੇ ਗਰੀਬ ਨੂੰ
ਨਾਜ ਆਦਿ ਕੇ ਦੂਰ ਸ਼ਬਦ ਕਥਾ ਕੀਰਤਨ ਜੀ ਕੀ ਅਰਦਾਸ ਅੱਖਰ ਲਗਤ ਨਾਥ ਕੁੰਜ ਮਾ ਆਦਿ ਦੇ ਪਵਿੱਤਰ ਚਰਨ ਕਮਲਾਂ ਪਾਸ ਸਿੱਖ ਸੰਗਤ ਪੜ੍ਹਦੇ ਸੁਣਦੇ ਇਸ ਵਾਰ ਤਰਾਇਣ ਹੁਣ ਸੱਚੇ ਪਾਤਸ਼ਾਹ ਜੀ ਐਸੇ ਬਖਸ਼ੀਆਂ ਦਾਤਾਂ ਵਿੱਚੋਂ ਪਵਿੱਤਰ ਕੜਾਹ ਪ੍ਰਸਾਦ ਦਾ ਥਾਲਾ ਸਜ ਕੇ ਆਇਆ ਹੈ ਆਪ ਜੀ ਭੋਗ ਲਾ ਸੀਤ ਪ੍ਰਸਾਦ ਪਿਆਰੀ ਸਾਧ ਸੰਗਤ ਕੋ ਬਖਸ਼ੋ ਗਰੀਬ ਨਾਜ ਜੋ ਜੋ ਗੁਰੂ ਕੁਮਾਰੀ ਭਾਈ ਆਪ ਦੇ ਦਰਬਾਰ ਤੇ ਫੁੱਲ ਭੇਟਾ ਲੈ ਕੇ ਹਾਜ਼ਰ ਹੋ ਗਏ ਨੇ ਦਰ ਪ੍ਰਵਾਨ ਹੋਵੇ ਨਾਮ ਚਿਤਾਵੇ ਸਭ ਸੁਖ ਹੋਵੇ ਸੱਚੇ ਪਾਤਸ਼ਾਹ ਜੀ ਸਰਦਾਰ ਹਰਦੇਵ ਸਿੰਘ ਜੀ ਅਰਦਾਸ ਗਰੀਬ ਨਾਜ ਜੋ ਗਾਗਰੀ ਪਾਸ ਕੀਤੀ ਹੈ ਇਸੇ ਖੁਸ਼ੀ ਵਿੱਚ ਗਰੀਬ ਨਾਜ ਅਰਦਾਸ ਕਰਾਉਂਦੇ ਹਨ ਸਵਾ ਪੰਜ ਪੌਣ ਦੀ ਦੇਰ ਦੀ ਅਰਦਾਸ ਕਰਾਉਂਦੇ ਸੱਚੇ ਪਾਤਸ਼ਾਹ ਜੀ ਉਹ ਸੇਵਕਾਂ ਨੇ ਚੜ੍ਹਦੀਆਂ ਕਲਾ ਬਖਸ਼ਣੀਆਂ ਸਿੱਤੇ ਮਿਹਰ ਭਰਿਆ ਰੱਖਣਾ ਆਵੇ ਦਰ ਕਰਦੀ ਸੇਵਾਦਾਰ ਬੀਬੀ ਅਮਰਜੀਤ ਕੌਰ ਵੱਲੋਂ ਅਰਦਾਸ ਬੇਨਤੀ ਹੈ ਗਰੀਬ ਨਾਜ ਸੇਵਕਾਂ ਦੇ ਗ੍ਰਹਿ ਵਿਖੇ ਖੁਸ਼ੀਆਂ ਬਖਸ਼ੋ ਸੱਚੇ ਪਾਤਸ਼ਾਹ ਜੀ ਉਹ ਸੇਵਕਾਂ ਦੀ ਅਰਦਾਸ ਬੇਨਤੀ ਹੈ ਕਿ ਗੁਰਪੁੱਤੀ ਗੰਢ ਪਾਵੇ ਸੰਸਾਰ ਮਿਹਰ ਕਰਨੀ ਸੱਚੇ ਪਾਤਸ਼ਾਹ ਜੀ ਸੇਵਕਾਂ ਦੀਆਂ ਮਨੋਕਾਮਨਾ ਪੂਰਨ ਕਰਨੀਆਂ ਗਰੀਬ ਨਾਜ ਚੜ੍ਹਦੀਆਂ ਕਲਾ ਬਖਸ਼ਣੀਆਂ ਇਸ ਲਈ ਜੋ ਵੀ ਆਦਿ ਦੇ ਦਰਬਾਰ ਪੁੱਜਿਆ ਹੈ ਆਦਿ ਦੀਆਂ ਮਿਹਰਾਂ ਦਾ ਸਦਕਾ ਸਭ ਰਾਜੀ ਹੀ ਜਾਵੇ ਸ੍ਰੀ ਗੁਰੂ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੁਨਿਆ ਪਿਆ ਭਈ ਅਕਾਲ ਕੀ ਕਬੀ ਚਲਾਇਓ ਪੰਥ ਸਭ ਸਿੱਖਣ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ ਗੁਰੂ ਗ੍ਰੰਥ ਜੀ ਮਾਨਿਓ ਪ੍ਰਗਟ ਗੁਰਾਂ ਕੀ ਰੇ ਕਿਆ ਕਾ ਹਿਰਦਾ ਸ਼ੁੱਧ ਹੈ ਕੁਝ ਸ਼ਬਦ ਮੈਂ ਦੇ ਰਾਜ ਕਰੇਗਾ ਖਾਲਸਾ ਰਾਖੀ ਰਹੇ ਨਾ ਕਰ
ਆਖਿਆ ਹੈ ਇਹ ਡਿਊਟੀਆਂ ਮਹਾਂਪੁਰਸ਼ਾਂ ਦੇ ਪਾਸੋਂ ਆਪ ਜੀ ਨੇ ਸਰਵਣ ਕੀਤੀਆਂ ਨੇ ਕਿ ਇਹ ਜਿਹੜੇ ਨੌਜਵਾਨ ਨੇ ਇਹਨਾਂ ਦੇ ਥੱਲੇ ਜਿਹੜੀ ਸਾਡੀ ਸੁਰਤ ਹੈ ਇਹ ਸੰਸਾਰੀ ਪੁਰਸ਼ਾਂ ਦੀ ਦੁਨੀਆ ਹੈ ਜਿਵੇਂ ਜਿਵੇਂ ਸੁਰਤੀ ਸਾਡੀ ਥੱਲੇ ਆਈ ਜਾਏਗੀ ਸੰਸਾਰੀ ਪੁਰਸ਼ਾਂ ਤੋਂ ਥੱਲੇ ਵਿਕਾਰੀ ਪੁਰਸ਼ਾਂ ਦੀ ਦੁਨੀਆ ਹੈ ਪਰ ਜਿਵੇਂ ਜਿਵੇਂ ਸੁਰਤੀ ਸਾਡੀ ਉਤਾਂਹ ਜਾਏਗੀ ਦਸਵੇਂ ਦੁਆਰ ਵੱਲ ਨੂੰ ਉੱਥੇ ਨਿਰੰਕਾਰੀ ਪੁਰਸ਼ਾਂ ਦੀ ਦੁਨੀਆ ਸਾਨੂੰ ਫਿਰ ਨਜ਼ਰ ਆਉਂਦੀ ਹੈ ਉਸੇ ਪ੍ਰਥਾਏ ਮਹਾਰਾਜ ਜੀ ਕਹਿੰਦੇ ਨੇ ਕਿ ਨਿਰੰਕਾਰ ਕੇ ਦੇਸ਼ ਜਾਣ ਤਾਂ ਸੁੱਖ ਲੈਣੇ ਮਹਾਨ ਉਹ ਨਿਰੰਕਾਰ ਦਾ ਦੇਸ਼ ਹੈ ਜਿੱਥੋਂ ਮਹਾਂਪੁਰਸ਼ ਸਾਨੂੰ ਨਾਲ ਜੋੜਦੇ ਨੇ ਪਾਤਸ਼ਾਹ ਉਸ ਮਹਲ ਦੇ ਪ੍ਰਥਾਏ ਸਾਨੂੰ ਕਹਿੰਦੇ ਨੇ ਕਿ ਨਾਨਕ ਵਰਦਾ ਕਰਦਾ ਹਾਂ ਜਿੱਥੇ ਮਿਰਤ ਨਾ ਜਨਮ ਜਰਾ ਐਸੀ ਜਗ੍ਹਾ ਤੇ ਜੇ ਆਪਣੀ ਸੁਰਤੀ ਨੂੰ ਇਹ ਦੱਸੀਆਂ ਹੋਈਆਂ ਡਿਊਟੀਆਂ ਅਨੁਸਾਰ ਲਜਾਵਾਂਗੇ ਤੇ ਇੱਕ ਐਸੇ ਮਹਿਲ ਦੇ ਵਿੱਚ ਜਾ ਕੇ ਸਾਡਾ ਵਾਸਾ ਹੋ ਸਕਦਾ ਹੈ ਜਿੱਥੋਂ ਆਉਣਾ ਜਾਣਾ ਸਾਡਾ ਖਤਮ ਹੋ ਜਾਂਦਾ ਹੈ ਜਿਸ ਤਰ੍ਹਾਂ ਪਾਤਸ਼ਾਹ ਨੇ ਸ਼੍ਰੀ ਪਾਤਸ਼ਾਹ ਨੇ ਆਪਣੇ ਸਿੱਖ ਦਾ ਕੀਤਾ ਹੈ ਪਰ ਉਹੀ ਕਰ ਸਕਦਾ ਹੈ ਕੋਈ ਜੁੜਿਆ ਹੋਇਆ ਹੋਵੇ ਉਹਨਾਂ ਦੇ ਪ੍ਰਥਾਏ ਮਹਾਰਾਜ ਕਹਿੰਦੇ ਨੇ ਕੋਈ ਜਨ ਹਰਸ਼ ਦੇਵੈ ਜੋਰ ਕੋਈ ਮਹਾਂਪੁਰਸ਼ ਕੋਈ ਸੰਤ ਜਨ ਜਿਹੜਾ ਜੁੜਿਆ ਹੋਇਆ ਹੋਵੇ ਉਹ ਸਾਨੂੰ ਵੀ ਜੋੜ ਦੇਵੇ ਤੇ ਮਹਾਰਾਜ ਕਹਿੰਦੇ ਨੇ ਕਿ ਉਸਦੇ ਚਰਨਾਂ ਤੇ ਆਪਣਾ ਸਿਰ ਵੀ ਰੱਖ ਦਈਏ ਤੇ ਵੱਡੀ ਕੋਈ ਕੀਮਤ ਨਹੀਂ ਹੈ ਪਰ ਸਾਡੇ ਵੱਡੇ ਜੀ ਬੜੇ ਹੀ ਵੱਡੇ ਭਾਗ ਨੇ ਵੱਡੇ ਭਾਗੀ ਸਾਧ ਸੰਗਤ ਭਾਗ ਵੇ ਭਾਗ ਹੀਨ ਭਰਮ ਚੋਟਾ ਖਾਵੇ ਬਿਰ ਭਾਗਾਂ ਸਤਸੰਗਨਾ ਲੱਭੈ ਬਿਰ ਸੰਗਤ ਮਹਿਲ ਧਰੀ ਜੈ ਜੀਓ ਭਾਗਾਂ ਦੇ ਨਾਲ ਮਹਾਂਪੁਰਸ਼ਾਂ ਦਾ ਸੰਸਨ ਪ੍ਰਾਪਤ ਹੋਇਆ ਹੈ ਐਤਵਾਰ ਵਾਲੇ ਦਿਨ ਜਿਸ ਤਰ੍ਹਾਂ ਆਪ ਜੀ ਨੇ ਸਰਵਣ ਕੀਤਾ ਹੀ ਹੈ ਅੰਮ੍ਰਿਤ ਦੀ ਦਾਤ ਮਿਲਣੀ ਹੈ ਵਡਭਾਗੀ ਜੀ ਹੋਣਗੇ ਜਿਹੜੇ ਇਸ ਮਹਾਰਾਜ ਦੇ ਮੋਹਿਤੇ ਤੇ ਚੜ੍ਹਨਗੇ ਗੁਰੂ ਵਾਲੇ ਬਣਨਗੇ ਤੋ ਅੰਮ੍ਰਿਤ ਪੀਓ ਸਦਾ ਚਿਰ ਜੀਓ ਨਰਸਿਮਰਤ ਅਨੰਦਾਨੰਤਾ ਮਹਾਰਾਜ ਦਾ ਵਾਕਨ ਹੈ ਪਰ ਅੰਮ੍ਰਿਤਧਾਰੀ ਹੋਣਾ ਗੁਰੂ ਵਾਲੇ ਬਣਨਾ ਤੇ ਜਿਹਨਾਂ ਦੇ ਨਾਲ ਨੇ ਵੀ ਆਪਣਾ ਮਨ ਬਣਾਉਣਾ ਹੈ ਐਤਵਾਰ ਤੱਕ ਤੋ ਆਪਣੇ ਪਾਸ ਇਹ ਸਮਾਂ ਹੈ ਅਮੂਰਤ ਰਾਤ ਹੈ ਅੰਮ੍ਰਿਤ ਦੀ ਜਿਹੜੀ ਹੈ ਤੋ ਆਪ ਸੰਗਤ ਨੇ ਜਿਹਨਾਂ ਨੇ ਵੀ ਅੰਮ੍ਰਿਤ ਛਕਣਾ ਹੈ ਉਹ ਜ਼ਰੂਰ ਪਹਿਲਾਂ ਤਿਆਰ ਤਿਆਰ ਹੋ ਜਾਣਾ ਮਨ ਬਣਾਉਣੇ ਹੈ ਆਓ ਇੱਥੇ ਪੱਤੇ ਬਣਾਉਂਦੇ ਹਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ।